ਸਤਿ ਸ਼੍ਰੀ ਅਕਾਲ, ਸਲਾਮ ਅਰਜ਼ ਹੈ ਦੇਸ਼ ਵਿਦੇਸ਼ ਦੇ ਸਾਰੇ ਸਤਿਕਾਰ ਦਰਸ਼ਕਾਂ ਨੂੰ ਜਿਹੜੇ ਇਸ ਵਕਤ ਟੀ ਵੀ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਮੇਰੇ ਸਾਹਮਣੇ ਨੇ ਅਤੇ ਮੈਂ ਤੁਹਾਡਾ ਦੋਸਤ ਅਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ। ਅੱਜ ਦਾ ਜਿਹੜਾ ਦੋਸਤੋ ਸਾਡਾ ਮੁੱਦਾ ਹੈ ਜਿਸ 'ਤੇ ਅੱਜ ਗੱਲਬਾਤ ਹੋਣੀ ਹੈ, ਕਾਫੀ ਹੌਟ ਇਸ਼ੂ ਹੈ ਅਤੇ ਤੁਹਾਡੇ ਲਈ ਕਾਫੀ ਇਹ ਮਹੱਤਵਪੂਰਨ ਹੈ, ਖਾਸ ਕਰਕੇ NRIs ਦੇ ਨਾਲ ਜੁੜਿਆ ਹੋਇਆ ਮੁੱਦਾ। NRI ਦਾ ਪੰਜਾਬ ਅਤੇ ਭਾਰਤ ਦੀ ਪੋਲੀਟਿਕਸ ਦੇ ਵਿੱਚ ਕੰਟਰੀਬਿਊਸ਼ਨ ਅਤੇ NRI ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਨੇ, ਸੰਬੰਧਿਤ ਸਰਕਾਰਾਂ ਨੇ ਕੀ ਕੁਛ ਕੀਤਾ ਅਤੇ ਕੀ ਨਹੀਂ ਕੀਤਾ। ਜਿਸ ਤਰ੍ਹਾਂ ਹੁਣ ਹਾਲਾਤ ਨੇ, ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਜਿਹੜਾ ਕੇਸ ਹੈ ਉਹ ਕਾਫੀ ਮਹੱਤਵਪੂਰਨ ਹੈ, ਜਿਸ ਦੇ ਬਾਰੇ ਕੇਂਦਰ ਸਰਕਾਰ ਨੇ 30 ਸਤੰਬਰ ਤੱਕ ਦਾ ਟਾਈਮ ਮੰਗਿਆ ਕਿ ਜਿਹੜੇ NRI ਨੇ, ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਉਹ ਭਾਰਤ ਦੀਆਂ ਪੰਚਾਇਤ ਚੋਣਾਂ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਵੋਟ ਕਿੱਦਾਂ ਪਾ ਸਕਦੇ ਨੇ, ਇਸ ਸੰਬੰਧੀ ਜਿਹੜੀਆਂ ਆਖਰੀ ਨਿਯਮ ਨੇ, ਗਾਈਡਲਾਈਨਸ ਨੇ, ਉਸ ਸੰਬੰਧੀ ਜਿਹੜੀ ਕਮੇਟੀ ਹੈ ਉਸਨੇ ਸਾਰਾ ਜਿਹੜਾ ਇਸ ਸੰਬੰਧੀ ਪ੍ਰੋਸੈਸ ਕੀ ਹੈ ਕਿ ਵੋਟ ਪ੍ਰੋਕਸੀ ਹੋਵੇ, ਵੋਟ ਔਨਲਾਈਨ ਹੋਵੇ, ਵੋਟ ਹੈ ਜਿਹੜੀ NRI ਦੀ ਉਹ ਅੰਬੈਸੀਜ਼ ਦੇ ਥਰੂ ਹੋਵੇ ਜਾਂ ਕਿਸ ਤਰੀਕੇ ਦੇ ਨਾਲ ਵੋਟ ਪੋਲ ਹੋਣੀ, ਇਸ ਬਾਰੇ ਸਾਰਾ ਜਿਹੜਾ ਰੂਪ ਰੇਖਾ ਬਣਾ ਕੇ ਸੰਬੰਧਿਤ ਕਮੇਟੀ ਨੇ ਇਸ ਬਾਰੇ ਆਪਣੀ ਜਿਹੜੀ ਸਟੇਟਮੈਂਟ ਹੈ ਜਾਂ ਆਪਣਾ ਜਿਹੜਾ ਡਿਸੀਜਨ ਹੈ ਇੰਡੀਆ ਗੌਰਮੈਂਟ ਨੂੰ ਦੇਣਾ, ਅਤੇ ਇੰਡੀਆ ਗੌਰਮੈਂਟ ਨੇ ਇਸ ਮੁਤਲਕ ਜਿਹੜਾ 2 ਮਹੀਨੇ ਦਾ ਸਮਾਂ ਇੰਡੀਆ ਗੌਰਮੈਂਟ ਨੂੰ ਸੁਪਰੀਮ ਕੋਰਟ ਨੇ ਦਿੱਤਾ ਸੀ ਉਹ 30 ਸਤੰਬਰ ਨੂੰ ਖਤਮ ਹੋ ਰਿਹਾ, ਅਤੇ ਇਸ ਰਿਪੋਰਟ ਦੇ ਸਬਮਿਟ ਹੋਣ ਤੋਂ ਬਾਅਦ ਫਿਰ ਭਾਰਤ ਗੌਰਮੈਂਟ ਨੇ ਇਸ 'ਤੇ ਮੋਹਰ ਲਾਉਣੀ ਹੈ। ਤਕਰੀਬਨ ਲੱਗਦਾ ਕਿ ਬਿਹਾਰ ਦੀ ਜਿਹੜੀ ਇਲੈਕਸ਼ਨ ਹੈ, ਵਿਧਾਨ ਸਭਾ ਇਲੈਕਸ਼ਨ ਹੈ, ਉਸ ਤੱਕ ਸ਼ਾਇਦ ਇਹ ਗੱਲ ਕਲੀਅਰ ਹੋ ਜਾਵੇ ਕਿ NRI ਇੰਡੀਆ ਦੇ ਵਿੱਚ ਕਿੱਦਾਂ ਵੋਟ ਪਾ ਸਕਦੇ ਨੇ, ਕਿਉਂਕਿ ਬਿਹਾਰ ਦੇ ਵਿੱਚ ਭਾਵੇਂ 1000 ਦੇ ਕਰੀਬ NRI ਨੇ ਸਿਰਫ, ਪਰ ਫਿਰ ਵੀ ਕਿਤੇ ਨਾ ਕਿਤੇ ਸ਼ੁਰੂਆਤ ਵਾਲਾ ਸੂਬਾ ਬਿਹਾਰ ਹੋ ਸਕਦਾ ਜਿੱਥੇ NRI ਨੂੰ ਇੰਡੀਆ ਦੇ ਵਿੱਚ ਵੋਟ ਪਾਉਣ ਦਾ ਆਪਣਾ ਜਿਹੜਾ ਅਧਿਕਾਰ ਹੈ ਮਿਲ ਸਕਦਾ। NRI ਇੰਡੀਆ ਦੀ ਪੋਲੀਟਿਕਸ ਦੇ ਵਿੱਚ, ਇੰਡੀਆ ਦੀ ਬਿਹਤਰੀ ਦੇ ਵਿੱਚ ਬਹੁਤ ਯੋਗਦਾਨ ਪਾਉਂਦੇ ਨੇ। ਇਸ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ 2 ਵੱਖ-ਵੱਖ ਪੰਜਾਬ ਦੀਆਂ ਉਮਦਾ ਪਾਰਟੀਆਂ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ, ਪਟਿਆਲਾ ਤੋਂ ਯੂਥ ਅਕਾਲੀ ਦਲ ਦੇ ਪ੍ਰੈਜੀਡੈਂਟ ਨੇ ਸਾਹਰਮੀਤ ਸਿੰਘ ਢਿੱਲੋਂ ਪਠਾਨਮਾਜਰਾ, ਸਵਾਗਤ ਹੈ ਜੀ ਪਠਾਨਮਾਜਰਾ ਸਾਹਿਬ ਤੁਹਾਡਾ, ਸਤਿ ਸ਼੍ਰੀ ਅਕਾਲ। ਅਤੇ ਨਾਲ ਜਿਹੜੇ ਅੱਜ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਦੂਸਰੇ ਮਹਿਮਾਨ ਨੇ, ਪਟਿਆਲਾ ਦੇ ਵਿੱਚ ਸਮਾਜ ਸੇਵਾ ਦੇ ਖੇਤਰ ਦੇ ਵਿੱਚ, ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ, ਸੋਸ਼ਲ ਵਰਕ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਹੈ ਡਾਕਟਰ ਬਲਵੀਰ ਸਿੰਘ ਜੀ। ਡਾਕਟਰ ਬਲਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਡਾਕਟਰ ਬਲਵੀਰ ਸਿੰਘ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਜਿਹੜੇ ਜ਼ੋਨ ਕੋਆਰਡੀਨੇਟਰ ਨੇ, ਜਿਸ ਤਰ੍ਹਾਂ 13 ਜ਼ੋਨ ਬਣੇ ਨੇ, ਸੋ ਪਟਿਆਲਾ ਦੇ ਇੰਚਾਰਜ ਵੀ, ਜੇ ਇਹਨਾਂ ਨੂੰ ਕਹਿ ਲਈਏ ਆਮ ਭਾਸ਼ਾ ਦੇ ਵਿੱਚ, ਕੋਈ ਇਸ ਦੇ ਵਿੱਚ ਖੁਨਾਮੀ ਨਹੀਂ, ਜਿਸ ਤਰ੍ਹਾਂ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਡਾਕਟਰ ਬਲਵੀਰ ਜੀ ਦਾ, ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਢਿੱਲੋਂ ਸਾਹਿਬ, ਜਿਸ ਤਰ੍ਹਾਂ NRI ਦੇ ਬਾਰੇ ਮੈਂ ਗੱਲਬਾਤ ਕੀਤੀ ਹੈ ਕਿ ਭਾਰਤ ਦੀ, ਪੰਜਾਬ ਦੀ ਰਾਜਨੀਤੀ ਦੇ ਵਿੱਚ NRI ਦਾ ਬਹੁਤ ਵੱਡਾ ਯੋਗਦਾਨ ਹੈ, NRI ਦਾ ਨਾਵਾਂ ਅਤੇ NRI ਦਾ ਨਿਓ ਦੋਨੇ ਚੀਜ਼ਾਂ ਬਰਾਬਰ ਹੈ ਜਿਹੜੀਆਂ ਮੇਰਾ ਹੋ ਰਹੀਆਂ ਨੇ, ਸੋ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ NRI ਦੇ ਲਈ ਤੁਹਾਡੀ ਪਾਰਟੀ ਨੇ ਕੀ ਕੀਤਾ ਵਜ਼ਾਰਤ ਦੀਆਂ 2 ਟਰਮਾਂ ਦੇ ਵਿੱਚ? NRI ਵੀਰਾਂ ਨੂੰ ਸਭ ਤੋਂ ਪਹਿਲਾਂ 2008 'ਚ NRI ਸਮਾਗਮ ਕਰਵਾਇਆ, ਉਹਦੇ 'ਚ ਸਾਰੇ NRI ਵੀਰਾਂ ਨੂੰ ਬਾਦਲ ਸਾਹਿਬ ਵੱਲੋਂ ਬੁਲਵਾਇਆ ਗਿਆ ਬਈ ਆ ਕੇ ਤੁਸੀਂ ਆਪਣੀਆਂ ਜਿਹੜੀਆਂ ਵੀ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਪੰਜਾਬ 'ਚ ਉਹ ਤੁਸੀਂ ਸਾਡੇ ਨਾਲ ਸਾਂਝੀਆਂ ਕਰੋ, ਜੋ ਵੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਉਹਦੇ 'ਚ ਉਹਨਾਂ ਬੁਲਾਇਆ, ਕੁਛ ਆਏ ਵੀ ਵੀਰ, ਕੁਛ ਜਿਸ ਤਰ੍ਹਾਂ ਕੋਈ ਦੂਸਰੀਆਂ ਪਾਰਟੀਆਂ ਨਾਲ ਸੰਬੰਧ ਰੱਖਦੇ ਆ ਉਹ ਮੇਰੇ ਵੀਰ ਨਹੀਂ ਵੀ ਆਏ। ਜਦੋਂ ਵੀ ਕੋਈ ਆਣ ਕੇ, ਅਸਲ ਸਭ ਤੋਂ ਵੱਧ NRI ਵੀਰਾਂ ਦਾ ਪਰਿਵਾਰਕ ਡਿਸਪਿਊਟ ਜ਼ਿਆਦਾ ਆ, ਜਿਸ ਤਰ੍ਹਾਂ ਕੋਈ ਚਾਚੇ ਤਾਏ ਨੇ ਭਰਾ ਨੂੰ ਪੈਲੀ ਦੇ ਤੀ, ਉਹਨੇ ਰੱਖ ਲਈ, ਉਹ ਉਹਨਾਂ ਦੇ ਘਰੇਲੂ ਡਿਸਪਿਊਟ ਜ਼ਿਆਦਾ ਆ। ਜਦੋਂ ਵੀ ਕੋਈ ਕਿਸੇ ਨਾਲ ਅਲੱਗ ਡਿਸਪਿਊਟ ਆ ਜਾਏ, ਕੋਈ ਸਿੱਧਾ ਬਾਦਲ ਸਾਹਿਬ ਨੂੰ ਜਾਂ ਹੁਣ ਜਿਸ ਤਰ੍ਹਾਂ ਬੀਬੀ ਦਿਓਲ ਜਲੰਧਰ ਬੈਠੇ ਆ ਆਪਣਾ ਥਾਣੇ ਬਣਾਏ, NRI ਥਾਣੇ ਵਿੰਗ, ਪੁਲਿਸ ਵਿੰਗ ਬਣਾਇਆ, ਉੱਥੇ ਜਾ ਕੇ ਕੋਈ ਕੰਪਲੇਂਟ ਕਰਦਾ ਉਹਦਾ ਹਮੇਸ਼ਾ ਹੀ ਹੱਲ ਹੁੰਦਾ। ਬਾਕੀ ਜਿਹੜਾ ਪੰਜਾਬ ਆ, ਜਿੰਨੇ ਵੀ ਮੁੱਦੇ ਉੱਠਦੇ ਉਹ ਸਾਰੇ ਪੰਜਾਬ 'ਚ ਉਠਾਉਂਦੇ, ਇਹਨੂੰ ਜ਼ਿਆਦਾ ਉਛਾਲਿਆ ਜਾਂਦਾ, ਕਿਉਂ ਬਾਦਲ ਸਾਹਿਬ ਹੁਣ 2 ਵਾਰੀ 2 ਟਰਮਾਂ 'ਚ ਸਮਝ ਲਓ ਵੀ ਇਸ ਸਰਕਾਰ ਨੂੰ ਚਲਾ ਰਹੇ ਆ। ਹਰਿਆਣਾ ਹੋ ਗਿਆ, ਪਰ UP ਬਿਹਾਰ ਸਾਰੇ ਸਟੇਟਾਂ ਹੋ ਗਈਆਂ, ਉਹਨਾਂ ਦੇ ਬਹੁਤ ਘੱਟ ਰੌਲੇ ਪੈਂਦੇ। ਇੱਥੋਂ ਮੁੱਦਿਆਂ ਨੂੰ ਜਿਹੜਾ ਜ਼ਿਆਦਾ ਉਛਾਲਿਆ ਜਾਂਦਾ ਕੁਛ ਗੱਲਾਂ 'ਚ ਸਾਰੇ ਕੰਮ 'ਤੇ ਰੱਬ ਵੀ ਨਹੀਂ ਕਰ ਸਕਦਾ ਜੀ। ਬਿਲਕੁਲ ਤੁਹਾਡੇ ਵੱਲ ਆਵਾਂਗੇ, ਤੁਸੀਂ ਆਖਿਆ ਕਿ ਸਾਡੀ ਜਿਹੜੀ ਸਰਕਾਰ ਹੈ ਉਸਨੇ NRI ਸਮਾਗਮ ਕਰਾਏ, NRI ਥਾਣੇ ਬਣਾਏ ਨੇ, ਕੋਈ ਸ਼ੱਕ ਨਹੀਂ NRI ਅਦਾਲਤ ਵੀ ਬਣਾਈ ਹੈ, ਪਰ ਡਾਕਟਰ ਬਲਵੀਰ ਜੀ ਤੁਸੀਂ ਸਮਾਜ ਦੇ ਹਰ ਵਰਗ ਨਾਲ ਸੰਬੰਧਿਤ ਰਹਿੰਦੇ ਹੋ, ਦੂਰ ਦੁਰਾਡੇ ਹੋ, ਤੁਹਾਡੇ ਮਤਲਬ ਦੋਸਤ ਨੇ ਜਿਹੜੇ NRI ਵੀ ਨੇ, ਆਮ ਦੂਰ ਦੁਰਾਡੇ ਪਿੰਡਾਂ ਦੇ ਵਸਿੰਦੇ ਵੀ ਨੇ। ਆਮ ਆਦਮੀ ਪਾਰਟੀ ਨੂੰ NRI ਨੇ ਆਮ ਆਦਮੀ ਪਾਰਟੀ ਨੂੰ ਬਹੁਤ ਸਪੋਰਟ ਕੀਤੀ ਹੈ, ਨਾਵਾਂ ਅਤੇ ਨਿਓ ਦੀ ਬਖਸ਼ਿਸ਼ ਰਹੀ ਹੈ, 40% ਜਿਹੜਾ ਤੁਹਾਡਾ ਰੈਵਨਿਊ ਹੈ ਆਮ ਆਦਮੀ ਪਾਰਟੀ ਦਾ NRI ਨੇ ਦਿੱਤਾ। ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ
NRI ਹੈ ਉਹ ਕੀ ਯੋਗਦਾਨ ਪਾ ਸਕਦਾ ਅਤੇ ਸਰਕਾਰ ਨੇ ਇਹਨਾਂ ਲਈ ਕੀ ਅੱਛਾ ਕੀਤਾ ਅਤੇ ਕੀ ਬੁਰਾ ਕੀਤਾ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ NRI ਇੱਕ ਅੰਗਰੇਜ਼ੀ ਦਾ ਸ਼ਬਦ ਹੈ ਜਿਹੜੇ ਸਾਡੇ ਪ੍ਰਦੇਸ਼ਾਂ ਵਿੱਚ ਵੱਸਦੇ ਸਾਡੇ ਭਰਾ ਅਤੇ ਭੈਣਾਂ ਹਨ, ਉਹਨਾਂ ਨੂੰ ਬਹੁਤ ਹੀ ਮੈਂ ਪਿਆਰ ਔਰ ਸਤਿਕਾਰ ਨਾਲ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ, ਕਿਉਂਕਿ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਉਹ ਖੁਦ ਵੀ ਇੱਥੇ ਆਏ, ਉਹਨਾਂ ਨੇ ਸਾਨੂੰ ਫੰਡਸ ਵੀ ਭੇਜੇ, ਔਰ ਜਿਹੜੇ ਬੱਚੇ ਨਹੀਂ ਆ ਸਕੇ ਉਹਨਾਂ ਨੇ ਆਪਣੇ ਪੇਰੈਂਟਸ ਨੂੰ, ਆਪਣੇ ਦਾਦੇ ਨੂੰ, ਕਿਉਂਕਿ ਮੈਂ ਗਾਂਧੀ ਜੀ ਦਾ ਇਲੈਕਸ਼ਨ ਏਜੰਟ ਵੀ ਸੀ, ਅਤੇ ਬਜ਼ੁਰਗ ਥੈਲੇ ਲੈ ਕੇ ਆਉਂਦੇ ਸੀ ਪੈਸਿਆਂ ਦੇ, ਅਤੇ ਉਹ ਕਹਿੰਦੇ ਸੀ ਮੇਰੇ ਪੋਤੇ ਨੇ ਕਿਹਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਈ ਤਾਂ ਮੈਂ ਮੁੜ ਕੇ ਪੰਜਾਬ ਨਹੀਂ ਵੜਾਂਗਾ। ਸਾਡੀ ਜਿੱਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਅਸੀਂ ਇਹਨੂੰ ਹਮੇਸ਼ਾ ਯਾਦ ਰੱਖਾਂਗੇ। ਔਰ ਜਿੱਥੇ ਤੱਕ NRI ਦੀ ਕੰਟਰੀਬਿਊਸ਼ਨ ਦੀ ਗੱਲ ਹੈ, ਮੇਰਾ ਖਿਆਲ ਇਹ ਗੱਲ ਛੁਪੀ ਨਹੀਂ ਹੋਈ ਕਿ NRI ਜਿਹੜੇ ਹੈਗੇ ਆ ਉਹ ਸਾਡੇ, ਜੇ ਚਾਹੇ ਅਸੀਂ ਗੱਲ ਫੋਰਨ ਐਕਸਚੇਂਜ ਦੀ ਕਰ ਲਈਏ ਤਾਂ ਹਿੰਦੁਸਤਾਨ ਦੀ ਇੱਜ਼ਤ ਬਚਾਉਣ ਵਾਲਿਆਂ ਵਿੱਚ ਸਭ ਤੋਂ ਅੱਗੇ ਆ, ਜਿੰਨੇ ਫੋਰਨ ਐਕਸਚੇਂਜ ਜਿਹੜੇ ਆਪਣੇ ਰਿਜ਼ਰਵਸ ਹੈਗੇ ਉਹਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਕੰਟਰੀਬਿਊਸ਼ਨ ਹੈ। NRI ਸਾਡੇ ਸੱਭਿਅਤਾ ਬਾਰੇ, ਸਾਡੇ ਸੱਭਿਆਚਾਰ ਬਾਰੇ, ਆਪਣੇ ਦੇਸ਼ ਬਾਰੇ ਸਭ ਤੋਂ ਵੱਧ ਸੋਚਦੇ ਆ ਉਹਨਾਂ ਨੇ। ਚਾਹੇ ਮੈਂ ਬੜੀਆਂ ਮਿਸਾਲਾਂ ਦੇ ਸਕਦਾ, ਚਾਹੇ ਤੁਸੀਂ ਕੈਂਸਰ ਰੋਕੋ ਦੀ ਗੱਲ ਕਰ ਲਓ, ਪਿੰਡਾਂ ਦੀ ਸੈਨੀਟੇਸ਼ਨ ਦੀ ਗੱਲ ਕਰ ਲਓ, ਇੰਡਸਟਰੀ ਦੀ ਗੱਲ ਕਰ ਲਓ, ਉਹਨਾਂ ਨੇ ਹਰ ਤਰ੍ਹਾਂ ਦੇ ਨਾਲ ਉਹ ਤਤਪਰ ਰਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਬੰਦੇ ਹੈਗੇ ਆ, ਹੁਸ਼ਿਆਰਪੁਰ ਦੇ ਵਿੱਚ ਹੈਗੇ ਆ, ਬਜ਼ੁਰਗ ਹੈਗੇ ਆ, ਉਹਨਾਂ ਨੇ ਸੈਨੀਟੇਸ਼ਨ 'ਤੇ ਬਹੁਤ ਕੰਮ ਕੀਤਾ, ਬੜੀਆਂ ਮਿਸਾਲਾਂ ਦੇ ਸਕਦਾ ਮੈਂ। ਉਹ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ, ਤੰਦਰੁਸਤ ਦੇਖਣਾ ਚਾਹੁੰਦੇ ਆ, ਸਾਫ਼ ਸੁਥਰਾ ਦੇਖਣਾ ਚਾਹੁੰਦੇ ਆ, ਅਤੇ ਉਹਦੇ ਵਾਸਤੇ ਕੰਟਰੀਬਿਊਟ ਕਰਦੇ ਆ। ਅਤੇ ਬੜੇ NRI ਨੂੰ ਮੈਂ ਜਾਣਦਾ ਜਿਨ੍ਹਾਂ ਨੇ ਇੱਥੇ ਆ ਕੇ ਇੰਡਸਟਰੀ ਲਾਈ ਅਤੇ ਉਹ ਫਰਸਟ੍ਰੇਟ ਹੋ ਕੇ ਵਾਪਸ ਗਏ। ਬੜੇ NRI ਆ ਜਿਹੜੇ ਇੱਥੇ ਆ ਕੇ ਚੈਰਿਟੀ ਕਰਨਾ ਚਾਹੁੰਦੇ ਸੀ ਉਹ ਫਰਸਟ੍ਰੇਟ ਹੋ ਕੇ ਗਏ। ਪੰਜਾਬ ਗਵਰਨਮੈਂਟ ਨੇ ਸਕੀਮ ਬਣਾਈ ਸੀ ਕਿ ਜੇ NRI ਕੋਈ ਆਪਣੇ ਪਿੰਡ ਵਿੱਚ 1 ਕਰੋੜ ਲਾਏਗਾ ਤਾਂ ਸਰਕਾਰ ਉਹਨਾਂ ਨੂੰ ਮੈਚਿੰਗ ਗ੍ਰਾਂਟ ਦੇਵੇਗੀ, ਪਰ ਸਰਕਾਰ ਨੇ ਉਹ ਕੰਮ ਨਹੀਂ ਕੀਤਾ। ਹਾਂ, ਇਹ ਗੱਲ ਠੀਕ ਹੈ ਵੀ ਸਰਕਾਰ ਸੰਮੇਲਨ ਕਰਾ ਦਿੰਦੀ ਹੈ, ਥਾਣੇ ਬਣਾ ਦਿੰਦੀ ਹੈ, ਕਚਹਿਰੀਆਂ ਬਣਾ ਦਿੰਦੀ ਹੈ, ਇਹਨਾਂ ਦੀ ਰਾਜਨੀਤੀ ਥਾਣਿਆਂ ਤੱਕ ਨਿਰਭਰ ਹੈ, ਉੱਥੇ ਤੱਕ ਲਿਮਿਟਡ ਹੈ। ਬਟ NRI ਜਿੰਨੇ ਵੀ ਜਿਨ੍ਹਾਂ ਨੇ ਵੀ ਆ ਕੇ ਪੰਜਾਬ ਦੇ ਵਿੱਚ ਕੋਈ ਸਮਾਜ ਭਲਾਈ ਦਾ ਕੰਮ ਕਰਨ ਦਿੱਤਾ ਉਹ ਫਰਸਟ੍ਰੇਟ ਹੋ ਕੇ ਵਾਪਸ ਗਏ ਆ। ਜੀ, ਢਿੱਲੋਂ ਸਾਹਿਬ ਕੀ ਕਹਿੰਦੇ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਰਿਸਪੋਂਸ ਵੀ ਮਿਲ ਰਿਹਾ ਅਤੇ ਤੁਹਾਡੀ ਪਾਰਟੀ ਵੀ ਕੋਸ਼ਿਸ਼ ਕਰ ਰਹੀ ਹੈ NRI ਨੂੰ ਨੇੜੇ ਲਾਉਣ ਦੀ, ਜਿਸ ਤਰ੍ਹਾਂ 2017 ਦੇ ਵਿਧਾਨ ਸਭਾ ਇਲੈਕਸ਼ਨ ਵੀ ਨੇ, ਤੁਹਾਡੀਆਂ ਕੁਛ ਟੀਮਾਂ ਵੀ ਗਈਆਂ, ਆਪਾਂ ਉਹਨਾਂ 'ਤੇ ਵੀ ਅਗਲੇ ਪਾਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਆਖਿਆ, ਇਹ ਸਹੀ ਵੀ ਹੈ ਗੱਲ, ਬਹੁਤ ਸਾਰੇ ਮਾਮਲਿਆਂ ਦੇ ਵਿੱਚ NRI ਇੱਥੋਂ ਨਿਰਾਸ਼ ਹੋ ਕੇ ਜਾਂਦੇ ਨੇ, ਉਹ ਕਹਿੰਦੇ ਨੇ ਮੁੜ ਕੇ ਨਹੀਂ ਅਸੀਂ ਆਉਣਾ, ਇਹ ਕਿਉਂ ਹੋ ਰਿਹਾ? ਕੁਛ ਅਕਾਲੀ ਲੀਡਰਾਂ 'ਤੇ ਵੀ ਦੋਸ਼ ਲੱਗ ਰਹੇ ਨੇ ਕਿ ਉਹ ਕਬਜ਼ੇ ਕਰ ਰਹੇ ਨੇ। ਨਹੀਂ ਸਰ, ਇਹੋ ਜਿਹਾ ਕੋਈ ਇੱਕ ਵੀ ਲੀਡਰ ਦਾ ਨਾਂ ਦੱਸਿਆ ਜਾਵੇ, ਕਹਿਣ ਨੂੰ ਤਾਂ ਕੁਛ ਵੀ ਕੋਈ ਕਹਿ ਸਕਦਾ, ਹਰ ਇੱਕ ਪਾਰਟੀ 'ਚ ਕੋਈ ਨਾ ਕੋਈ ਤੜੇਬਾਜ਼ੀ ਹੁੰਦੀ ਆ, ਹਰ ਇੱਕ ਇਹਨਾਂ ਦੀ ਜੇ ਹੁਣ ਹੋਂਦ 'ਚ ਆਈ ਪਾਰਟੀ ਆ, ਪਰ ਉਹਦੇ 'ਚ ਤੁਹਾਨੂੰ ਪਤਾ ਸਭ ਤੋਂ ਵੱਧ ਧੜੇ ਨਿਕਲ ਕੇ ਆਏ। ਜਦੋਂ ਵੀ ਆਪਾਂ ਕੋਈ ਸਰਕਾਰਾਂ ਚਲਾਉਂਦੇ ਹਾਂ, ਸਰਕਾਰਾਂ ਦੇ ਉਲਟ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਮੁੱਦੇ ਹੁੰਦੇ ਮਿਲ ਜਾਂਦੇ ਆ, ਜਦੋਂ ਜਿਹੜੇ ਸਰਕਾਰ ਦੇ ਚੰਗੇ ਕੰਮ ਆ ਉਹਨਾਂ ਨੂੰ ਲੋਕ ਭੁੱਲ ਜਾਂਦੇ ਆ, ਜਿਹੜੇ ਉਹਨਾਂ ਦੇ ਕੋਈ ਮਾੜਾ ਮੋਟਾ ਕੋਈ ਉਲਟ ਹੋ ਜਾਂਦੀ ਗੱਲ ਉਹਨੂੰ ਚੁੱਕ ਲੈਂਦੇ ਆ। ਹੁਣ ਸਰਕਾਰ ਦੇ ਖਿਲਾਫ ਸਾਡੀ ਦੇ ਕੋਈ ਕਿਸੇ ਕੋਲ ਗੱਲ ਨਹੀਂ ਸੀ। NRI ਵੀਰਾਂ ਨੂੰ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਸਾਡੇ ਇੱਕ ਹਿੱਸਾ ਹੋ ਪਰਿਵਾਰ ਦਾ, ਜਦੋਂ ਵੀ ਕੋਈ ਗੱਲ ਹੁੰਦੀ ਹੈ ਜੇ ਤੁਸੀਂ ਸਿੱਧੇ ਆਪਾਂ ਰੌਲਾ ਪਾਉਣ ਦੀ ਬਜਾਏ ਜੇ ਬਹਿ ਕੇ ਪਿਆਰ ਨਾਲ ਇਸ ਚੀਜ਼ ਨੂੰ ਹੱਲ ਕੀਤਾ ਜਾਵੇ, ਜਦੋਂ ਇੱਥੇ ਸੰਮੇਲਨ ਲੱਗਦੇ ਆ ਇਹ ਆਉਣ ਕੇ ਇੱਥੇ ਆਪਣੀਆਂ ਸਮੱਸਿਆ ਦਾ ਹੱਲ ਦੱਸਣ, ਉਹ ਹੋਊਗਾ। ਜਦੋਂ ਆਪਾਂ ਕਿਤੇ ਜਾਂਦੇ ਹਾਂ, ਜੋ ਹੁਣ ਵੀ ਗੱਲ ਸਾਡੀ ਟੀਮ ਉੱਥੋਂ ਗਈ ਸੀ, ਉੱਥੇ ਰੌਲਾ ਪਾ ਲਿਆ ਬਿਨ ਮਤਲਬ ਤੋਂ ਵਾਦ ਵਾਦ। ਨਹੀਂ ਨਹੀਂ, ਰੌਲਾ ਤਾਂ ਉਹ ਕਹਿੰਦੇ ਸਾਡੀ ਗੱਲ ਨਹੀਂ ਸੁਣਦੇ, ਨਹੀਂ ਗੱਲ ਸੁਣਦੇ ਜੀ। ਕੁਛ ਵਿੱਚੋਂ ਜਿਸ ਤਰ੍ਹਾਂ ਹੁਣ ਕੁਛ ਆਮ ਪਾਰਟੀ ਨਾਲ ਲੱਗੇ ਆ, ਕੁਛ ਦੂਸਰੇ ਮੇਰੇ ਵੀਰ ਆ, ਸਾਰੇ ਉਹ ਸਾਡੇ ਪਰਿਵਾਰ ਦੇ ਹਿੱਸੇ ਆ, ਆਪੋ ਆਪਣਾ ਦੁੱਖ ਕਈ ਵਾਰਾਂ ਕੱਢਣ ਵਾਸਤੇ ਦੂਸਰੇ 'ਤੇ ਦੂਸ਼ਣਬਾਜ਼ੀ ਲੱਗਦੀ ਆ। ਸਾਰੇ NRI ਵੀਰ ਇੱਥੇ ਸਾਡੇ ਨਾਲ ਵੀ ਹੈਗੇ ਆ, ਸਾਰੇ ਨਹੀਂ, ਸਾਡੇ ਉਲਟ ਕੁਛ ਬੰਦੇ ਆ ਜਿਹੜੇ ਉਸ ਮੁੱਦਿਆਂ ਨੂੰ ਲੈ ਕੇ। ਜਿਸ ਤਰ੍ਹਾਂ ਤੁਹਾਡੀ ਪਾਰਟੀ ਦੇ ਨੁਮਾਇੰਦੇ ਬਾਦਲ ਸਾਹਿਬ ਨੇ ਤਾਂ ਮਤਲਬ ਭੱਲ ਬਣਾਉਣ ਭੇਜੇ ਸੀ ਅਤੇ ਉਹ ਅੱਗੇ ਜਾ ਕੇ ਪੌੜਾ ਪੈ ਗਿਆ, ਖਾਸ ਕਰਕੇ ਮਨਜੀਤ ਸਿੰਘ GK ਨੇ ਜਿਹੜੇ ਕਿ ਦਿੱਲੀ ਕਮੇਟੀ ਵਾਲੇ, ਉਹਨਾਂ ਦੀ ਜਿਹੜੀ ਬਿਆਨਬਾਜ਼ੀ ਹੋਈ ਹੈ। ਪੁਆਣਾ ਸਾਹਿਬ ਕਈ ਵਾਰ ਗੱਲ ਕਰਨ 'ਚ ਥੋੜ੍ਹਾ ਜਿਹਾ ਫਰਕ ਆ ਜਾਂਦਾ, ਕੋਈ ਨਾ ਕੋਈ ਕਿਸੇ ਨੂੰ ਕੋਈ ਮਾੜੀ ਮੋਟੀ ਚੁੱਭਵੀਂ ਗੱਲ ਹੋ ਗਈ, ਉਹਨੂੰ ਅਗਲਾ ਮੁੱਦਾ ਬਣਾ ਕੇ ਲੈ ਕੇ ਚਲ ਗਏ। ਜੇ ਹੁਣ ਵੀ ਉਹ ਸਾਡੇ ਪਰਿਵਾਰ ਦਾ ਹਿੱਸਾ ਆ, ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਵੀ ਜੇ ਤੁਸੀਂ ਨਹੀਂ, ਕੋਈ ਕੋਈ ਨਾ ਕੋਈ ਹੋ ਸਕਦੀ, ਮੈਂ ਇਹ ਨਹੀਂ ਮੈਂ ਕਹਿੰਦਾ ਵੀ ਹੋ ਸਕਦੀ, ਜਦੋਂ ਕੋਈ ਗੱਲ ਜਿਹੜੀ ਅਜੇ ਵੀ ਕੋਈ ਗੱਲ ਪਰਿਵਾਰ, ਜਦੋਂ ਉਹ ਸਾਡੇ ਪਰਿਵਾਰ ਦਾ ਹਿੱਸਾ, ਜੋ ਕੋਈ ਪਰਿਵਾਰ ਦਾ ਜੀ ਕਿਸੇ ਨੂੰ ਕਿਸੇ ਦੇ ਨਾਲ, ਹੁਣ ਆਪਾਂ ਆਪਣੇ ਭਰਾ ਬਣਾ ਉਹਨਾਂ ਵੀ ਆਪਾਂ ਨੂੰ ਜਾਂ ਆਪਣੇ ਪਿਤਾ ਨਾਲ ਆਪਾਂ ਨੂੰ ਕਿਸੇ ਚੀਜ਼ ਬਾਰੇ ਕੋਈ ਗੁੱਸਾ ਗਿਲਾ ਹੁੰਦਾ, ਆਪਾਂ ਬਹਿ ਕੇ ਪਰਿਵਾਰਾਂ ਨੂੰ ਮਸਲਾ ਹੱਲ ਕਰ
सकते नहीं नहीं पर जे निंदी जावे भी तू तो नशेड़ी है तू तो देश विरोधी है फिर ये तो गल नहीं तू तो दागी है जे परिवार के मैंबर जिस तरह कहो फिर तो नहीं नहीं बर्दाश्त नहीं करता पर जे बिन मतलब तो आप किसी तो वह आपको पता होंगे परिवार का जो आप मुखी बनाने आप कुछ भी नहीं बनाते जो अपनी किसी ना विगड़ जाती उदो आप बहुत कुछ कहने आप चंगियाई भी वेख्या करिए ना जो आप चंगियाई वेखते हैं फिर वो गल कर भी जी करता फिर तुम जे मुद्दे है ना एक बाले वे मुद्दे नहीं जे बैक NRI मेरे वीर बहन इन्हों का बैक मसला हल हो सकता जी बिल्कुल तुम आख्या गल कर भी जी करता गल बहुत इंट्रस्टिंग है तो गल गमगीन भी है जो कुछ होया वह माड़ा हो इस बारे आप जे आम आदमी पार्टी के डॉक्टर बलवीर सिंह ने उन्होंने विचार भी जानवे दोस्तों एक थोड़ा जहा वक्फा ब्रेक का इस तो बाद आप फिर इस मुद्दे पर गलबात करते हैं दोस्तों ब्रेक तो बाद प्रोग्राम सच का सामना विच एक बार फिर आप जी का स्वागत है मैं तुहाडा दोस्त ते होस्ट परमिंदर सिंह टिवाणा ते मेरे सामने ने डॉक्टर बलवीर सिंह आम आदमी पार्टी के जिहड़े जोनल कोआर्डीनेटर पटियाला तो बागां ते रागां दे शहर तो जिस तरह हुण सियासी राग हर पार्टी है जिहड़ी अलाप रही है आप उस ते भी आवांगे पर मैं थोड़ा जिहा जिस तरह ढिल्लों साहब ने गल अपनी नबेड़ी सी कि किते ना किते परिवार का कोई मैंबर एक गल कह दिंदा उस नूं लैके विवाद जिहड़ा वधिया NRI ਦੀਆਂ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਇੱਕਦਮ ਬੂਸਟ ਹੋ ਗਈਆਂ ਜਦੋਂ ਸਤੋਤਾ ਸਿੰਘ ਹੋਰਾਂ ਨੇ ਜਾਂ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਅਤੇ ਜਾਂ ਖਾਸ ਕਰਕੇ ਜਿਹੜੇ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਬਿਆਨ ਦਿੱਤਾ ਕਿ ਕੁਛ ਜਿਹੜੇ ਨੇ ਦੇਸ਼ ਵਿਰੋਧੀ ਲੋਕ ਨੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਲੈਂਦੇ ਹੋ ਕਿ ਇੱਕ ਪੰਥਕ ਨੁਮਾਇੰਦੇ SCPC ਦੇ ਦਿੱਲੀ ਦੇ ਨੁਮਾਇੰਦੇ ਉੱਥੇ ਜਾ ਕੇ ਇਹ ਬਿਆਨ ਦਿੰਦੇ ਨੇ ਅਤੇ ਅਕਾਲੀਆਂ ਨੂੰ ਕਾਫੀ ਨਿਵੋਸ਼ੀ ਸਹਿਣੀ ਪਈ ਤੁਸੀਂ ਕੀ ਵੇਖਦੇ ਹੋ ਇਸ ਸਿਲਸਿਲੇ ਨੂੰ ਤੁਹਾਡੇ ਤਾਂ ਦੋਸ਼ ਵੀ ਲੱਗ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਜਿਹੜੇ ਉਕਸਾ ਰਹੇ ਨੇ ਕੀ ਸਹੀ ਹੈ ਦੇਖੋ ਮੈਨੂੰ ਬੜਾ ਹੀ ਦੁੱਖ ਹੋਇਆ ਜਦੋਂ ਮੈਂ ਬਿਆਨ ਪੜ੍ਹਿਆ GK ਜੀ ਦਾ ਮੈਂ ਖੁਦ ਮੈਨੂੰ ਮੌਕਾ ਮਿਲਿਆ ਜੀ ਇੰਗਲੈਂਡ ਯੂਰਪ ਵਗੈਰਾ ਜਾਣ ਦਾ ਉਦੋਂ ਮੈਂ ਪਗੜੀ ਵੀ ਬੰਨਦਾ ਸੀ ਦਸਤਾਰ ਸਿਆਉਂਦਾ ਸੀ ਅਤੇ ਉਹ ਕਹਿੰਦਾ ਜੀ ਤੁਸੀਂ ਪੰਜਾਬ ਤੋਂ ਆਇਓ ਮਤਲਬ ਉਹ ਮਤਲਬ ਮੈਨੂੰ ਉਹਨਾਂ ਨੇ ਤੁਰਨ ਹੀ ਨਹੀਂ ਦਿੱਤਾ ਜੀ ਮਤਲਬ ਨਾ ਉਹ ਇੰਨਾ ਪਿਆਰ ਕਰਦੇ ਆ ਉੱਥੇ ਉਹਨਾਂ ਦੇ ਵਿੱਚ ਹਿੰਦੁਸਤਾਨ ਦੇ ਵੀ ਔਰ ਪਾਕਿਸਤਾਨ ਦੇ ਬੰਦੇ ਵੀ ਸ਼ਾਮਿਲ ਸੀ ਉਹ ਬਹੁਤ ਪਿਆਰ ਕਰਦੇ ਉਹਨਾਂ ਦਾ ਆਪਸ ਵੀ ਬਹੁਤ ਹੈ ਅਤੇ ਇਹ ਇੱਕ ਜਦੋਂ ਇੱਕ ਜਿਹੜਾ ਲੋਕਾਂ ਦਾ ਸੈਂਟੀਮੈਂਟ ਹੁੰਦਾ ਜੇ ਇੱਥੋਂ ਕੋਈ ਮੰਤਰੀ ਜਾਂਦਾ ਸੀ ਜਾਂ MLA ਜਾਂਦਾ ਸੀ ਉਹਨੂੰ ਸਿਰ 'ਤੇ ਚੁੱਕਦੇ ਸੀ ਉਹ ਮਤਲਬ ਨਾ ਇਹ ਫਨੋਮਿਨਾ ਪਹਿਲਾਂ ਨਹੀਂ ਸੀ ਇਹ ਰੀਸੈਂਟ ਫਨੋਮਿਨਾ ਹੈਗੀ ਆ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਮਨਜੀਤ GK ਨੂੰ ਵੀ ਔਰ ਜਿਹੜੇ ਆਪਣੇ ਮੰਤਰੀ ਸਾਹਿਬਾਨ ਵੀ ਆ ਥੋੜ੍ਹੀ ਜਿਹੀ ਇੰਟਰੋਸਪੈਕਸ਼ਨ ਕਰਨ ਇਹ ਦੂਜੇ ਬੰਦੇ 'ਤੇ ਕਿਚੜ ਸੁੱਟਣ ਨਾਲ ਤੁਸੀਂ ਆਪ ਸਾਫ਼ ਨਹੀਂ ਹੋ ਜਾਂਦੇ ਇਹ ਜ਼ਰੂਰ ਉਹਦਾ ਬੈਠ ਕੇ ਉਹਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਇਹਨਾਂ ਨੂੰ ਫੇਰਨਾ ਚਾਹੀਦਾ ਕਿ ਇਹ ਦਿਸ਼ਾ ਇੱਥੇ ਤੱਕ ਅਸੀਂ ਕਿਉਂ ਪੁੱਜੇ ਹਾਂ ਜਦੋਂ ਪੰਜਾਬ ਤੋਂ ਕੋਈ NRI ਵਾਪਸ ਆਉਂਦਾ ਆਪਣੇ ਬੱਚਿਆਂ ਨੂੰ ਲੈ ਕੇ ਉਹਦੇ ਬੱਚੇ ਜੋ ਉੱਥੇ ਦੇ ਜੰਪਲ ਹੁੰਦੇ ਆ ਉਹ ਕਹਿੰਦੇ ਯਾਰ ਇਹ ਸਾਨੂੰ ਕਿੱਥੇ ਲੈ ਕੇ ਆਇਓ ਤੁਸੀਂ ਮਤਲਬ ਅਸੀਂ ਨਹੀਂ ਜਾਣਾ ਉੱਥੋਂ ਬੱਚੇ ਕਈ ਵਾਰੀ ਕਈਆਂ ਨੇ ਜਿੱਦ ਕਰਕੇ ਉਹ ਏਅਰਪੋਰਟ ਤੋਂ ਜਦੋਂ ਆਪਣੇ ਪਿੰਡ ਪਹੁੰਚੇ ਤਾਂ ਉਹਨਾਂ ਨੇ ਕਿਹਾ ਅਸੀਂ ਇੱਥੇ ਨਹੀਂ ਰਹਿ ਸਕਦੇ ਜੋ ਪੰਜਾਬ ਦੀ ਜੇ ਤੁਸੀਂ ਗੱਲ ਕਰੋ ਪੰਜਾਬ ਦੇ ਸ਼ਹਿਰਾਂ ਦੀ ਅਤੇ ਹਿੰਦੁਸਤਾਨ ਦੇ ਵਿੱਚੋਂ ਜਿਹੜੇ 10 ਸਭ ਤੋਂ ਗੰਦੇ ਸ਼ਹਿਰ ਆ 3 ਪੰਜਾਬ 'ਚ ਹੈ ਇਹਨਾਂ ਨੇ ਸਵੱਛਤਾ ਅਭਿਆਨ ਦਾ ਕੀਤਾ ਜਿਹੜਾ ਪੰਜਾਬ ਦੇ ਜਿਹੜੇ ਕੋਈ ਵੀ ਸ਼ਹਿਰ ਆ ਜਿਹੜਾ ਪਹਿਲੇ ਸੌਂ 'ਚ ਨਹੀਂ ਆਉਂਦਾ ਉਹ ਜਿੱਥੇ ਇਹਨਾਂ ਨੇ ਬਠਿੰਡਾ ਜਾਂ ਮੁਕਤਸਰ ਸਾਹਿਬ ਵੀ ਆ ਜਿਹੜੇ ਜਿੱਥੇ ਇਹਨਾਂ ਨੇ ਕਰੋੜਾਂ ਰੁਪਏ ਲਾਤੇ ਉਹ ਵੀ ਕਿਸੇ ਮਤਲਬ ਗੱਲ ਸਿਰਫ ਇੰਨੀ ਨਹੀਂ ਹੈ ਜੇ ਸਾਡੇ ਧਾਰਮਿਕ ਨੇਤਾ ਵੀ ਉੱਥੇ ਗਏ ਆ ਉਹਨਾਂ ਨੂੰ ਵੀ ਵਿਰੋਧ ਕਰਨਾ ਪੈ ਰਿਹਾ ਸੋ ਇਹਨਾਂ ਨੂੰ ਜ਼ਰੂਰ ਇੰਟਰੋਸਪੈਕਸ਼ਨ ਕਰਨੀ ਚਾਹੀਦੀ ਆ ਰਾਦਰ ਦੈਨ ਕਿ ਤੁਸੀਂ ਜਿਹੜੇ NRI ਆ ਜਿਨ੍ਹਾਂ ਨੇ ਇੰਨਾ ਨਾਮਨਾ ਖੱਟਿਆ ਪੰਜਾਬ ਦਾ ਦੇਸ਼ ਦਾ ਨਾਂ ਉੱਚਾ ਕੀਤਾ ਬਿਲਕੁਲ ਆਪਸੀ ਸੰਵਾਦ ਜਿਹੜਾ ਰਚਾਉਣਾ ਚਾਹੀਦਾ ਸੀ ਢਿੱਲੋਂ ਸਾਹਿਬ ਬਿਲਕੁਲ ਸੰਵਾਦ ਰਚਾਉਣ ਦੇ ਲਈ ਤਾਂ ਗਏ ਸੀਗੇ ਪਰ ਵਿਵਾਦ ਕਿਉਂ ਹੋ ਗਿਆ ਤੁਸੀਂ ਕੀ ਸਮਝਦੇ ਹੋ ਕਿ ਕਾਰਨ ਕੀ ਸੀਗਾ ਕੀ ਤੁਹਾਨੂੰ ਲੱਗਦਾ ਕਿ ਵਾਕਈ ਕੁਛ ਵਿਰੋਧੀ ਪਾਰਟੀਆਂ ਦੇ ਲੋਕ ਸੀ ਜਾਂ ਤੁਹਾਡੀ ਪਾਰਟੀ ਦੀਆਂ ਗਲਤੀਆਂ ਸੀਗੀਆਂ ਜਿਹੜੇ ਜਿਸ ਦਿਨ ਉੱਥੇ ਹੋਇਆ ਉਦੋਂ ਦੂਸਰੇ ਦਿਨ ਹੀ ਬਾਜਵਾ ਸਾਹਿਬ ਤੋਂ ਇੱਕ ਬੰਦਾ ਸਨਮਾਨਿਤ ਲੈਂਦਾ ਹੋਇਆ ਉਹਦੀ ਫੋਟੋ ਵੀ ਨਾਲ ਲੱਗੀ ਸੀ ਕੁਛ ਕਾਂਕਰ ਸੀ ਅਨਸਰ ਵੀ ਸੀ ਉਹਦੇ 'ਚ ਜਿਹੜੇ ਇੱਥੋਂ ਹਰ ਇੱਕ ਪਰਿਵਾਰਾਂ ਨਾਲ ਤੁਹਾਨੂੰ ਪਤਾ ਸੰਬੰਧ ਰੱਖਦੇ ਆ ਆਪ ਪਾਰਟੀ ਦੇ ਵਿੱਚ ਜਦੋਂ ਕੋਈ ਨਵੀਂ ਚੀਜ਼ ਆਉਂਦੀ ਨਾ ਪਾਰਟੀ ਜਿਸ ਤਰ੍ਹਾਂ ਹੁਣ ਆਮ ਪਾਰਟੀ ਨਵੀਂ ਆਈ ਆ ਉਹਦਾ ਸਾਰਿਆਂ ਨੂੰ ਚਾਅ ਬਹੁਤ ਹੁੰਦਾ ਜਿਸ ਤਰ੍ਹਾਂ ਉਹ ਨਵੇਂ ਨਵਾਂ ਜਿਹੜਾ ਚੀਜ਼ ਹੁੰਦੀ ਆ ਜਿਸ ਤਰ੍ਹਾਂ ਕਿਸੇ ਨੂੰ ਕੁਛ ਨਵੀਂ ਬੋਡੀ ਦਾ ਚਾਅ ਜ਼ਰੂਰ ਹੁੰਦਾ ਮੰਨਦੇ ਆ ਉਹ ਜਦੋਂ ਥੋੜ੍ਹਾ ਚਿਰ ਉਹਨੂੰ ਵਰਤਦੇ ਆ ਨਾ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਫਿਰ ਉਹ ਜਿਸ ਤਰ੍ਹਾਂ ਸਰਕਾਰਾਂ ਜੇ ਬਦਲਣੀ ਨਾ ਜੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਨਾ ਹੋਵੇ ਜਦੋਂ ਆਪਾਂ ਕਿਸੇ ਵੀ ਦੂਸਰੀ ਪਾਰਟੀ ਨੂੰ ਹੁਣ ਦਿੱਲੀ 'ਚ ਸੀ ਦਿੱਲੀ 'ਚ ਆਈ ਪਾਰਟੀ ਉਹਦੇ 'ਚ ਤੁਹਾਨੂੰ ਪਤਾ ਵੀ ਥੋੜ੍ਹੇ ਚਿਰਾਂ ਬਾਅਦ ਹੀ ਫਿਰ ਵਾਦ ਵਾਦ ਹੋ ਗਿਆ ਆਪਾਂ ਇਹ ਗੱਲਾਂ ਕਹਿ ਦਿੰਦੇ ਹਾਂ ਜਦੋਂ ਆਪਾਂ ਨੂੰ ਉਹ ਚੀਜ਼ ਚਲਾਉਣੀ ਪੈਂਦੀ ਹੈ ਨਾ ਜਦੋਂ ਆਪਾਂ ਝੂਠ ਸੱਚ ਮਾਰ ਕੇ ਵੋਟ ਲੈ ਲੈਂਦੇ ਹਾਂ ਉਹ ਤੋਂ ਬਾਅਦ ਜਦੋਂ ਚਲਾਉਣੇ ਆ ਜਦੋਂ ਘਰ ਚਲਾਉਣਾ ਪੈਂਦਾ ਘਰ ਚਲਾਉਣਾ ਬੜਾ ਔਖਾ
ਉਹ ਗੱਲਾਂ ਕਰਕੇ ਆਪਾਂ ਚਲਾ ਦੇਣਾ। ਅੱਛਾ ਇੱਕ ਇੱਕ ਢਿੱਲੋਂ ਸਾਹਿਬ ਮੈਂ ਤੁਹਾਡੀ ਗੱਲ ਰੋਕ ਰਿਹਾ, ਇੱਕ ਇਹ ਵੀ ਗੱਲ ਆ ਰਹੀ ਹੈ ਕਿ ਸ਼ਾਇਦ ਜਿਹੜੇ ਲੋਕ ਗਏ ਸੀਗੇ ਉਹਨਾਂ ਨੇ ਇਹ ਬਿਆਨ ਆਖੇ ਜਾਣ ਬੁੱਝ ਕੇ ਦਿੱਤੇ ਨੇ ਤਾਂ ਜੋ ਜਿਹੜੀਆਂ ਪੰਜਾਬ ਦੇ ਵਿੱਚ ਐਂਟੀ ਸਿੱਖ ਵੋਟ ਹੈ ਹਿੰਦੂ ਭਾਈਚਾਰੇ ਦੀ ਜਾਂ ਕਿਸੇ ਹੋਰ ਭਾਈਚਾਰੇ ਦੀ, ਜਿਹੜਾ ਜਿਹੜਾ ਬੀਜੇਪੀ ਵੱਲੋਂ ਸਰਕ ਰਿਹਾ ਕਿ ਉੱਧਰੋਂ ਗਾਲਾਂ ਖਾ ਕੇ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ, ਕਿਉਂਕਿ ਬਾਦਲ ਸਾਹਿਬ ਖੁਦ ਮੰਨਦੇ ਨੇ ਕਿ ਭਾਈ ਮੈਨੂੰ ਬਹੁਤ ਲੋਕ ਗਾਲਾਂ ਕੱਢਦੇ ਆ, ਮੈਂ ਜਿੰਨਾ ਵੱਧ ਗਾਲਾਂ ਕੱਢ ਖਾਓਗੇ ਉਹਨਾਂ ਤੁਸੀਂ ਮੁੱਖ ਮੰਤਰੀ ਵੀ ਬਣ ਜਾਓਗੇ, ਕਿਤੇ ਉਹ ਗਾਲਾਂ ਖਾਣ ਦਾ ਕੋਈ ਪ੍ਰੋਸੈਸ ਤਾਂ ਨਹੀਂ ਸੀਗਾ ਕਿ ਉਸਦਾ ਬੈਨੀਫਿਟ ਤੁਹਾਨੂੰ ਵੋਟਾਂ ਦੇ ਰੂਪ ਦੇ ਵਿੱਚ ਇੱਧਰੋਂ ਦੂਜਿਆਂ ਦਾ ਮਿਲ ਜਾਣਾ ਕਿ ਇਹ ਖਾਲਿਸਤਾਨੀਆਂ ਨਾਲ ਲੜ ਰਹੇ ਨੇ, ਜਿਹੜੇ ਲੋਕ ਖਾਲਿਸਤਾਨੀਆਂ ਦੇ ਵਿਰੋਧੀ ਨੇ ਉਹ ਤੁਹਾਨੂੰ ਵੋਟਾਂ ਪਾਉਣ, ਇਹ ਪੈਟਰਨ ਵੀ ਸੀਗਾ ਕਿਤੇ ਲੱਗਦਾ ਜੀ? ਨਹੀਂ ਇਹੋ ਜੀ ਕੋਈ ਗੱਲ ਨਹੀਂ ਸੀ, ਜਿਹੜੇ ਹਿੰਦੂ ਵੀਰ ਦੇ ਸਾਡਾ ਜਿਹੜਾ ਭਾਈਚਾਰਾ ਇਕੱਠਾ ਆ ਖਾਲਿਸਤਾਨ ਤੋਂ ਨਾਰਾਜ਼ ਨੇ ਜਾਂ ਨਹੀਂ ਉਹ ਨਹੀਂ ਇਹੋ ਜੀ ਕੋਈ ਗੱਲ ਨਹੀਂ, ਸਾਰਾ ਭਾਈਚਾਰਾ ਆ, ਜਦੋਂ ਖਾਲਿਸਤਾਨ ਦੀ ਮੰਗ ਸੀ ਜਦੋਂ ਸੀ, ਜਦੋਂ ਹੁਣ ਭਾਈਚਾਰਾ ਬਣਦਾ ਇੱਕ ਆਪਾਂ ਮੁੱਦਾ ਲੈ ਕੇ ਚੱਲਦੇ, ਜਿਹੜੀ ਸਰਕਾਰਾਂ ਬਣਦੀਆਂ ਇਕੱਲੇ ਸਿੱਖ ਤੇ ਬਣਾ ਨਹੀਂ ਸਕਦੇ, ਉਹ ਹਿੰਦੂ ਮੁਸਲਿਮ ਸਾਰੇ ਬਰਾਦਰੀਆਂ ਰਲ ਕੇ ਇੱਕ ਸਰਕਾਰ ਬਣਾਉਂਦੀ ਆ, ਹਰ ਇੱਕ ਸਰਕਾਰ 'ਚ ਉਹਦੇ ਨੁਮਾਇੰਦੇ ਹੁੰਦੇ ਆ, ਚੇਅਰਮੈਨੀਆਂ ਵੀ ਉਹਨਾਂ ਨੂੰ ਕੋਟਾ ਮਿਲਦਾ, ਹਿੰਦੂਆਂ ਨੂੰ MLA-ਸ਼ਿਪਾਂ ਵੀ ਮਿਲਦੀਆਂ, MP ਸਾਰਾ ਕੁਛ ਮਿਲਦਾ। ਸਾਡਾ ਉਹਨਾਂ ਨਾਲ ਪਹਿਲੋਂ ਭਾਈਚਾਰਾ ਸੀ ਵੋਟਾਂ ਵਾਸਤੇ, ਤਾਂ ਗੱਲ ਕਰੀਏ ਪਿਛਲੀ ਵਾਰੀ ਸਾਡੀ ਸਰਕਾਰ ਆ ਮਾਰਾ ਰੱਖੇ ਸੌਖਾ 2017 ਤੋਂ ਬਾਅਦ ਫਿਰ ਸਾਡੀ ਸਰਕਾਰ ਬਣਨੀ ਆ, ਜਦੋਂ 25 ਸਾਲ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਡਾਕਟਰ ਬਲਵੀਰ ਜੀ ਮੈਂ ਤੁਹਾਡਾ ਕਮੈਂਟ ਲਵਾਂਗਾ, ਕੀ ਫਿਰ 25 ਸਾਲ ਪੰਜਾਬ ਦੀ ਸੇਵਾ ਸੁਖਬੀਰ ਜੀ ਕਰ ਰਹੇ ਆ, ਮੇਰੇ ਖਿਆਲ ਆਨੰਦ ਵੀਰ ਦਾ ਵੀ ਨੰਬਰ ਆਉਣਾ ਅਜੇ ਤੇ। ਕੋਈ ਜੇ ਕਿਸੇ ਖੁਸ਼ਫਹਿਮੀ 'ਚ ਰਹਿਣਾ ਚਾਹੁੰਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ, ਮੇਰਾ ਖਿਆਲ ਇਹ ਠੀਕ ਹੈ ਵੀ ਅਸੀਂ ਐਕਸਪੀਰੀਅੰਸ ਪੋਲੀਟੀਸ਼ੀਅਨ ਨਹੀਂ ਹਾਂ, ਬਟ ਅਸੀਂ ਵੀ ਲੋਕਾਂ ਦੇ ਵਿੱਚੋਂ ਵਿਚਰਦੇ ਹਾਂ ਜੀ। ਅੱਜ ਦੇ ਦਿਨ ਦੇ ਵਿੱਚ ਆ ਜਿਹੜਾ ਹੁਣ ਪਿੱਛੇ ਜੇ ਹੋਇਆ ਜੀ ਕਮਲ ਸ਼ਰਮੇ ਦਾ, ਜਿੰਨਾ ਉਹਦਾ ਚਾਹੇ ਉਹਦਾ PA ਸੀ ਜਾਂ ਉਹਦਾ ਸਾਰਾ ਸਟਾਫ ਸੀ ਜਾਂ ਉਹਨਾਂ ਦਾ BJP ਦੀ ਸਾਰੀ ਲੀਡਰਸ਼ਿਪ ਹੈ, ਇਹ ਮਤਲਬ ਇਹਨਾਂ 'ਤੇ ਕਿਹੜਾ ਚਾਰਜ ਆ ਜੀ? ਮਨੀ ਲਾਂਡਰਿੰਗ, ਡਰੱਗਸ ਦਾ, ਇਲੀਗਲ ਵੈਪਨ ਰੱਖਣ ਦਾ, ਉਹ ਸਾਰਾ ਮਤਲਬ ਇਹ ਦੁੱਧ ਧੋਤੇ ਹੋਏ ਜੀ। ਚਲੋ ਪੰਜਾਬ ਦੀ ਆਪਾਂ ਰਾਜਨੀਤੀ ਨੂੰ ਛੱਡੀਏ, NRIs ਨੂੰ ਨੇੜੇ ਲਾਉਣ ਦੇ ਲਈ ਡਾਕਟਰ ਸਾਹਿਬ ਤੁਹਾਡੀ ਪਾਰਟੀ ਨੇ ਕੀ ਕੀਤਾ? ਜੇ ਆਪਾਂ ਉਸ 'ਤੇ ਆਈਏ, ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਬਣੀ, NRIs ਦੇ ਲਈ ਕੁਛ ਵਿਸ਼ੇਸ਼ ਫੈਸਿਲਿਟੀਜ਼ ਹੋਈਆਂ ਜਾਂ ਏਅਰਪੋਰਟ 'ਤੇ ਕੀ ਕੀਤਾ ਗਿਆ, ਜਾਂ ਪੰਜਾਬ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਨੇ NRI ਦਾ ਕਿਹੜਾ ਮੁੱਦਾ ਹਾਈਲਾਈਟ ਕੀਤਾ, ਬਲੈਕ ਸੂਚੀਆਂ ਜਾਂ ਕੋਈ ਹੋਰ? ਉਹ ਤਾਂ ਵੈਸੇ ਚੰਦੂ ਮਹਿਰਾ ਸਾਹਿਬ ਨੇ ਕੀਤਾ, ਤੁਹਾਡੀ ਪਾਰਟੀ ਨੇ ਕੀ ਕੀਤਾ NRI ਲਈ? ਸਾਡੀ ਜਿਹੜੀ ਪਾਰਟੀ ਹੈਗੀ ਆ ਉਹ ਇੱਕ ਡਿਫਰੈਂਟ ਲੌਜਿਕ 'ਤੇ ਕੰਮ ਕਰਦੀ ਆ ਜੀ, ਉਹਦੇ ਵਿੱਚ ਸਾਰੇ ਬੰਦਿਆਂ ਦੇ ਹੀ ਕੰਮ ਮਤਲਬ ਠੀਕ ਟਾਈਮ 'ਤੇ ਹੋਣਗੇ ਜੀ, ਮਤਲਬ ਚਾਹੇ ਉਹ ਸਾਡਾ ਕੋਈ MLA ਹੋਵੇ ਉਹਦੇ ਵਾਸਤੇ ਵੀ ਉਹੀ ਰੋਲ ਹੈ ਜੀ, ਜਿਹੜੇ NRI ਆ ਉਹਨਾਂ ਨੂੰ ਸੈਪਰੇਟ ਥਾਣਿਆਂ ਦੇ, ਉਹਨਾਂ ਕੋਲ ਸਾਡੇ ਕੋਲ ਦਿੱਲੀ ਸਾਡੀ ਅੱਧੀ ਸਰਕਾਰ ਆ ਤਕਰੀਬਨ, ਪੁਲਿਸ ਸਾਡੇ ਕੋਲ ਨਹੀਂ ਹੈ ਜੀ, ਮਤਲਬ ਉਹਨਾਂ ਜੀ ਜ਼ਮੀਨ ਸਾਡੇ ਕੋਲ ਨਹੀਂ ਹੈ, ਮਤਲਬ ਅਸੀਂ ਸਾਡੇ ਜਿਹੜੇ ਬੰਦੇ ਹੈਗੇ ਆ ਉਹ ਮਤਲਬ ਕੋਈ ਆਪਣੇ ਪਸੰਦ ਦਾ ਆਫਿਸਰ ਨਹੀਂ ਲਗਾ ਸਕਦੇ, ਉਹਦੇ ਬਾਵਜੂਦ ਵੀ ਉਹ ਮਤਲਬ ਬਹੁਤ ਕੁਛ ਕਰ ਰਹੇ ਆ, ਦਿੱਲੀ ਦੇ ਵਿੱਚ ਬਹੁਤ ਕੁਛ ਠੀਕ ਹੋਇਆ, ਉੱਥੇ ਕਿਸੇ ਵੀ ਬੰਦੇ ਨੂੰ ਮਤਲਬ ਇਕੱਲੇ NRI ਨਹੀਂ, ਜਿੰਨੇ ਵੀ ਆਪਣੇ ਜਿਹੜੇ ਵੀ ਚਾਹੇ ਉਹ ਕਿਸੇ ਹੋਰ ਦੇਸ਼ ਦੇ ਬੰਦੇ ਵੀ ਹੋਣ, ਉਹਨਾਂ ਨੂੰ ਕਿਸੇ ਨੂੰ ਮਤਲਬ ਜਿਹੜੀ ਕਰਪਸ਼ਨ ਹੈ ਉਹ ਸਿਗਨੀਫਿਕੈਂਟਲੀ ਘੱਟ ਹੋਈ ਹੈ ਤਾਂ ਤੁਸੀਂ ਵੀ ਮੰਨਦੇ ਹੋ, ਮਤਲਬ ਜੀ। ਤੁਸੀਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਕੀਤਾ ਹੈ, ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਕਈ ਮੁੱਦੇ ਹੋਰ ਵੀ ਨੇ ਕਿ ਹੁਣ ਭਵਿੱਖ ਦੇ ਵਿੱਚ NRI ਨੂੰ ਲੈ ਕੇ ਜਿਹੜੀਆਂ ਸਾਰੀਆਂ ਸਰਕਾਰਾਂ ਨੇ ਉਹ ਇਸੇ ਕਵਾਇਦ ਵਿੱਚ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਮੁੱਖ ਨੇ ਅਰਵਿੰਦ ਕੇਜਰੀਵਾਲ ਸਾਹਿਬ ਉਹ ਵੀ ਜਿਹੜੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਦੌਰੇ 'ਤੇ ਜਾ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਨੇ ਖੁਦ ਹੈ ਜਿਹੜਾ ਆਪਣਾ ਰੂਟ ਬਣਾ ਲਿਆ, ਅਕਾਲੀ ਦਲ ਫਿਰ ਕੋਸ਼ਿਸ਼ਾਂ ਕਰ ਰਿਹਾ, ਅਕਾਲੀ ਦਲ ਦੇ ਵੀ ਕੁਛ ਨੁਮਾਇੰਦੇ ਨੇ, ਕੁਛ ਜਰਨਲਿਸਟ ਜਾਂ ਜਰਨਲਿਜ਼ਮ ਕੇਡਰ 'ਚੋਂ ਜਿਹੜੇ ਲੋਕ ਨੇ ਉਹ ਜਿਹੜਾ ਵਿਵਾਦ ਹੋਇਆ ਉਸਨੂੰ ਹੱਲ ਕਰਨ ਦੇ ਲਈ ਫਿਰ ਜਿਹੜੀ ਪ੍ਰਵਾਸ ਨੂੰ ਉਡਾਣ ਹੈ ਜਿਹੜੀ ਭਰ ਰਹੇ ਨੇ, ਉਸ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਇਸ ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ। ਦੋਸਤੋ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਮੈਂ ਤੁਹਾਡਾ ਦੋਸਤ ਅਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ, ਅਤੇ ਮੇਰੇ ਸਾਹਮਣੇ ਸਾਡੇ ਮੌਜੂਦ ਮਹਿਮਾਨ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਜੀ ਨੇ, ਅਤੇ ਨਾਲ ਨਾਲ ਸਾਹ ਹਰਮੀਤ ਸਿੰਘ ਢਿੱਲੋਂ ਪਠਾਨ ਮਾਜਰਾ ਜਿਹੜੇ ਕਿ ਪਟਿਆਲਾ ਇਲਾਕੇ ਦੇ ਉੱਘੇ ਲੀਡਰ ਨੇ, ਸੋਸ਼ਲ ਵਰਕ ਦੇ ਨਾਲ ਨਾਲ ਖਾਸ ਕਰਕੇ ਜਿਹੜਾ ਰੂਰਲ ਪੱਧਰ 'ਤੇ ਜਿਹੜੀ ਰਾਜਨੀਤੀ ਹੈ, ਬਲੋਕ ਪੱਧਰ 'ਤੇ ਜਿਹੜੇ ਕੰਮ ਨੇ, ਪੰਚਾਇਤੀ ਪੱਧਰ 'ਤੇ ਜਿਹੜੇ ਕੰਮ ਨੇ, ਉਹਨਾਂ ਦੇ ਵਿੱਚ ਕਾਫੀ ਉਮਦਾ ਯੋਗਦਾਨ ਹੈ ਇਲਾਕੇ ਦੇ ਵਿੱਚ ਕਰ ਰਹੇ ਨੇ, ਅਤੇ ਸਨੌਰ ਤੋਂ ਸੰਭਾਵੀ ਉਮੀਦਵਾਰ ਵੀ ਨੇ ਅਕਾਲੀ ਦਲ ਦੇ। ਢਿੱਲੋਂ ਸਾਹਿਬ, ਕੀ ਲੱਗਦਾ ਹੈ ਕਿ ਜਿਹੜਾ NRI ਹੈ, ਜਿਸ ਤਰ੍ਹਾਂ 2017 ਦੀ ਇਲੈਕਸ਼ਨ ਦੇ ਵਿੱਚ NRI ਦਾ ਨਾਵਾਂ ਅਤੇ NRI ਦੀ ਵੋਟ ਹੈ ਜਿਹੜੀ ਇਨਵੋਲਵ ਹੈ ਆ, ਕਲੀਅਰ ਆ ਤਕਰੀਬਨ,
ਅਤੇ ਉਸ ਨੂੰ ਕਿਉਂਕਿ ਪਟਿਆਲਾ ਹਲਕੇ 'ਚੋਂ ਵੀ ਬਹੁਤ ਸਾਰੇ ਐੱਨ ਆਰ ਆਈ ਨੇ, ਪੰਜਾਬ ਦੇ ਵਿੱਚੋਂ ਵੀ ਨੇ, ਕਿਉਂਕਿ ਅਜੇ ਦੋਸਤੋ ਜਿਹੜੀ ਗੱਲਬਾਤ ਚੱਲ ਰਹੀ ਹੈ ਕਿ ਇੱਕ ਉਹਦੇ 'ਚ ਆਪਸ਼ਨ ਇਹ ਵੀ ਹੈ ਕਿ ਜਿੰਨੇ ਵਿਧਾਨ ਸਭਾ ਹਲਕੇ ਨੇ ਕੀ ਐੱਨ ਆਰ ਆਈ ਉਹਨਾਂ ਦੇ ਵਿੱਚ ਵੋਟ ਪਾਉਣ, ਜਾਂ ਐੱਨ ਆਰ ਆਈ ਦੇ ਲਈ ਇੱਕ ਸਪੈਸ਼ਲ ਵਿਧਾਨ ਸਭਾ ਹਲਕਾ ਕ੍ਰੀਏਟ ਕੀਤਾ ਜਾਵੇ। ਗੱਲ ਇਸ 'ਤੇ ਵੀ ਹੋ ਰਹੀ ਹੈ ਅਤੇ ਗੱਲ ਪ੍ਰੋਕਸੀ ਵੋਟ 'ਤੇ ਵੀ ਚਰਚਾ ਅਜੇ ਰੁਕੀ ਨਹੀਂ, ਜਿਸ ਤਰ੍ਹਾਂ 30 ਸਤੰਬਰ ਤੱਕ ਇਹ ਸਾਰਾ ਡੋਜ਼ੀਅਰ ਜਿਹੜਾ ਬਣਨਾ। ਢਿੱਲੋਂ ਸਾਹਿਬ, ਕੀ ਲੱਗਦਾ ਕਿ ਜਿਹੜੀਆਂ ਕਮੀਆਂ ਪੇਸ਼ੀਆਂ ਸੀ ਕਿਤੇ, ਜਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਭਰਵਾਂ ਸਮਰਥਨ ਨਵਾਂ ਮਿਲ ਰਿਹਾ, 40% ਰੈਵਨਿਊ ਆਮ ਆਦਮੀ ਪਾਰਟੀ ਦਾ ਐੱਨ ਆਰ ਆਈ ਪਾਉਂਦੇ ਨੇ, ਸ਼ਾਇਦ ਅਕਾਲੀ ਦਲ ਨੂੰ ਇਸ ਤੋਂ ਇੱਕ ਵੱਡਾ ਖਤਰਾ, ਤੁਸੀਂ ਇਸ ਨੂੰ ਹੈਂਡਲ ਕਰਨ ਦੇ ਲਈ ਜਾਂ ਉਹਨਾਂ ਰੁੱਸਿਆਂ ਨੂੰ ਆਪਣੇ ਨਾਲ ਜੋੜਨ ਦੇ ਲਈ ਕੀ ਕਰ ਰਹੇ? ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਸਿੰਘ ਜੀ ਨੂੰ, ਵੀ ਇੱਕ ਬੰਨੇ ਆਪਾਂ ਕਹਿੰਦੇ ਹਾਂ ਵੀ ਸਾਨੂੰ ਪੈਸੇ ਦੀ ਲੋੜ ਨਹੀਂ, ਅਸੀਂ ਬਿਨਾਂ ਪੈਸੇ ਤੋਂ ਇਲੈਕਸ਼ਨ ਲੜਨੀ ਆ, ਦੂਜੇ ਪਾਸੇ ਆਪਾਂ ਨੂੰ ਪੈਸੇ ਦੀ ਇੰਨੀ ਕਿੰਨੀ ਕੁ ਜ਼ਰੂਰਤ ਪੈ ਗਈ, ਆਪਾਂ ਬਾਹਰ ਐੱਨ ਆਰ ਆਈ ਤੋਂ ਮੰਗਵਾਉਂਦੇ ਹਾਂ, ਉਹ ਤੇ ਤੁਹਾਡੀ ਪਾਰਟੀ ਵੀ ਲੈਂਦੀ ਹੈ। ਨਹੀਂ ਨਹੀਂ, ਚਲੋ ਇੱਕ ਤੁਹਾਡੀ ਗੱਲ ਵਾਜਬ ਹੈ, ਨਹੀਂ ਕਿ ਪੈਸੇ ਦੀ ਲੋੜ ਨਹੀਂ, ਅਸੀਂ ਜਿਹੜਾ ਪੈਸਾ ਹੈਗਾ ਉਹ ਟ੍ਰਾਂਸਪੇਰੈਂਟ ਤਰੀਕੇ ਨਾਲ ਲੈਂਦੇ ਹਾਂ ਔਰ ਆਪਣੇ ਸਿਟੀਜ਼ਨਸ ਤੋਂ ਲੈਂਦੇ ਹਾਂ। ਐੱਨ ਆਰ ਆਈ ਵੀ ਸਾਡੇ ਸਿਟੀਜ਼ਨਸ ਆ, ਉਹਨਾਂ ਨੂੰ ਅਸੀਂ ਸਿਟੀਜ਼ਨਸ ਹੀ ਟ੍ਰੀਟ ਕਰਦੇ ਹਾਂ ਔਰ ਉਹ ਆਪਣੀ ਮਰਜ਼ੀ ਨਾਲ ਸਵੈ ਇੱਛਾ ਨਾਲ ਸਾਨੂੰ ਉਹ ਦਾਨ ਦਿੰਦੇ ਆ। ਹੁਣ ਤੁਸੀਂ ਗੱਲ ਚੱਲੀ ਵੀ ਵੋਟਿੰਗ ਪਾਉਣੀ ਆ ਐੱਨ ਆਰ ਆਈ ਦੀ, ਹੁਣ ਜਦੋਂ ਐੱਨ ਆਰ ਆਈ ਦੀ ਵੋਟਿੰਗ ਹੋਣੀ ਉਦੋਂ ਆਪਾਂ ਨੂੰ ਪਤਾ ਲੱਗਣਾ ਵੀ ਕਿੰਨੇ ਪਰਸੈਂਟ ਆ, ਉਹਦਾ ਰਿਜ਼ਲਟ ਸਾਹਮਣੇ ਆ ਜਾਣਾ। ਜਿਹੜਾ ਐੱਨ ਆਰ ਆਈ ਦੀ ਵੋਟ ਪੈਣੀ ਹੈ ਨਾ ਜੀ, ਸੁਣੋ, ਜਿਹੜੀ ਅਸਲ ਚਾਹੀਦਾ ਵੀ ਉਹ ਅਲੱਗ ਹੋ ਜਾਵੇ, ਉਹਦੀ ਅਲੱਗ ਵੋਟ ਗਿਣੀ ਜਾਵੇ, ਜਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗੇ। ਹੁਣ ਜਿਸ ਤਰ੍ਹਾਂ ਸਾਡੇ ਵਾਲੇ ਜਾਂਦੇ ਆ, ਅਕਾਲੀ ਦਲ ਸਾਡਾ ਜਾਂਦਾ, ਉਹ ਕੀ ਸਾਡੇ ਜੇ ਬੰਦੇ ਤਾਂ ਹੀ ਜਾਂਦੇ ਆ ਸਾਡੇ ਕੋਲ। ਹੁਣ ਇਹਨਾਂ ਨੇ ਡਾਕਟਰ ਸਾਹਿਬ ਨੇ ਪਿੱਛੇ ਗੱਲ ਕੀਤੀ ਸੀ ਵੀ ਇੱਥੇ ਕੋਈ ਆ ਕੇ ਰਾਜੀ ਨਹੀਂ, ਸਾਡੇ ਰਿਸ਼ਤੇਦਾਰ ਆ ਉਹ ਸਾਲ 'ਚ 3 ਮਹੀਨੇ ਇੱਥੇ ਰਹਿ ਕੇ ਜਾਂਦੇ, 4-4 ਮਹੀਨੇ ਉਹਨਾਂ ਦਾ ਦਿਲ ਲੱਗਦਾ ਆ, ਉਹ ਉਹਨਾਂ ਦਾ ਪਿਛੋਕੜ ਇੱਥੇ ਆ, ਹਰ ਇੱਕ ਬੰਦੇ ਦਾ ਉਸ ਉਹਨੇ ਬੱਚੇ ਨੂੰ ਕਿਸ ਤਰ੍ਹਾਂ ਪਾਲਿਆ, ਕਿਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦਿੱਤੀ, ਉਹਨਾਂ ਨੂੰ ਪੰਜਾਬ ਦੇ ਨਾਲ ਜੋੜਿਆ ਕਿ ਨਹੀਂ ਜੋੜਿਆ, ਉਹਨਾਂ ਨੇ ਵੇਖਿਆ ਜਾਣਾ। ਅੱਜ ਅਸੀਂ ਸਾਡੇ ਕਈ ਰਿਸ਼ਤੇਦਾਰ ਆ ਮਾਲਪੁਰ, ਸਾਡੇ ਪਿੱਛੇ ਪਿਛੋਕੜ ਮੇਰੀ ਦਾਦੀ ਜੀ ਦਾ ਪਿੰਡ ਆ, ਉੱਥੋਂ ਦੇ ਜਾਂਦੇ ਆ ਉਹ। ਹੁਣ ਪੰਜਾਬ ਜਿਹੜਾ ਆ ਐਵੇਂ ਗੱਲਾਂ ਕਰ ਦੇਣੀਆਂ, ਪੰਜਾਬ ਉਹਨਾਂ ਨੂੰ ਜ਼ਿਆਦਾ ਖੁਸ਼ਹਾਲ ਆ ਕਈਆਂ ਗੱਲਾਂ 'ਚ, ਪੰਜਾਬ 'ਚ ਕੋਈ ਇਹੋ ਜਿਹੀ ਕਮੀ ਨਹੀਂ ਜਿਹੜੀ, ਜਿਸ ਤਰ੍ਹਾਂ ਹੁਣ ਇੱਥੇ ਬਿਜਲੀ ਦਾ ਮੁੱਦਾ ਉਠਾ ਕੇ ਬਹਿ ਜਾਂਦੇ ਆ। ਨਹੀਂ ਨਹੀਂ ਨਹੀਂ, ਕੁਛ ਨਹੀਂ ਜੀ, ਹੁਣ ਕੱਲ੍ਹ ਜੀ ਇੱਥੇ ਪਟਿਆਲੇ ਦੀ ਗੱਲ ਆ, ਕੱਲ੍ਹ ਇੱਕ ਲੇਡੀਜ਼ ਦਾ ਪਰਸ ਖੋਹ ਲਿਆ, ਉਹ ਪਰਸ ਖੋਹ ਲਿਆ, ਉਹਨੇ ਲੇਡੀਜ਼ ਨੇ ਰੌਲਾ ਪਾਇਆ ਵੀ ਮੇਰਾ ਪਰਸ ਖੋਹ ਲਿਆ, ਉਹਨੇ ਨਾਲ ਸੀ ਬੱਚਾ, ਉਹਨੇ ਆਪ ਮਾਂ ਨੇ ਬੱਚਾ ਬਾਹਰ ਸੁੱਟਤਾ, ਉਹਨਾਂ ਫੱਟ ਰੋਕੀ, ਉੱਥੇ ਬਾਦਲ ਸਾਹਿਬ ਦੀ ਬੱਸ ਸੀ ਜੀ, ਸਰਕਾਰੀ ਬੱਸ ਦੀ ਗੱਲ ਸੀ। ਇਹ ਜਿਹੜੀਆਂ ਨਾ ਜੀ ਮੁੱਦੇ, ਇਹ ਉਹ ਗੱਲਾਂ ਹੋਰ ਹੁੰਦੀਆਂ ਜੇ ਇਹੋ ਹੀ ਬੱਚਾ ਹੋਰ ਕਿਸੇ ਕਾਂਗਰਸੀ ਦੀ ਬੱਸ 'ਚੋਂ ਡਿੱਗਾ ਤਾਂ ਕੋਈ ਮੁੱਦਾ ਨਹੀਂ ਸੀ ਬਣਨਾ, ਹੁਣ ਮੁੱਦਾ ਬਣ ਗਿਆ ਵੀ ਬਾਦਲ ਸਾਹਿਬ ਦੀ ਬੱਸ 'ਚੋਂ ਡਿੱਗਾ। ਬਾਦਲ ਸਾਹਿਬ ਕਹਿਣਗੇ ਜਿਹੜਾ ਕੋਈ ਬਿਜ਼ਨਸਮੈਨ ਬੰਦਾ ਜਾਂ ਕੋਈ ਵੀ ਕੰਮ ਕਰਦਾ, ਚਾਹੇ ਮੈਂ ਬਿਜ਼ਨਸਮੈਨ ਚਾਹੇ ਤੁਸੀਂ ਹੋ, ਵੀ ਮੇਰੀ ਕੋਈ ਚੀਜ਼ 'ਚੋਂ ਨੁਕਸਾਨ ਹੋਵੇ ਮੈਨੂੰ ਲੋਕਾਂ ਦਾ ਸਾਹਮਣਾ ਕਰਨਾ ਪਵੇ, ਇਹ ਕੁਛ ਜੇ ਉਹ ਬੱਸ ਕਿਸੇ ਕਾਂਗਰਸੀ ਦੀ ਹੁੰਦੀ ਤਾਂ ਇਹਨਾਂ ਨੇ ਪਹਿਲਾਂ ਉਹਦੇ ਮਾਲਕ ਤੇ ਪਰਚਾ ਠੋਕਣਾ ਸੀ ਇਹਨਾਂ ਨੇ। ਨਹੀਂ ਜੀ ਨਹੀਂ, ਮਾਲਕ ਤਾਂ ਪਰਚਾ ਬਣਦਾ ਨਹੀਂ ਜੀ, ਮਾਲਕ ਤੇ ਕਿਉਂ ਪਰਚਾ ਬਣਦਾ ਜੀ? ਇਹ ਕਹਿੰਦੇ ਕੋਈ ਕਮੀ ਨਹੀਂ ਹੈ, ਕਿਹੜਾ ਇਹੋ ਜਿਹਾ ਐੱਨ ਆਰ ਆਈ ਹੈ ਜੀ, ਇਹ ਕਹਿੰਦੇ ਕੋਈ ਕਮੀ ਨਹੀਂ, ਕਿਹੜਾ ਇਹੋ ਜਿਹਾ ਐੱਨ ਆਰ ਆਈ ਹੈ ਜਿਹੜਾ ਗੋਲਡਨ ਟੈਂਪਲ ਨਹੀਂ ਜਾਂਦਾ, ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਜਾਂਦਾ ਜਦੋਂ ਵੀ ਆਵੇ, ਅਤੇ ਦਰਬਾਰ ਸਾਹਿਬ ਦਾ ਜਿਹੜਾ ਇਹਨਾਂ ਦਾ ਆਪਣੇ ਡਾਟਾ ਜੀ, ਇਹਨਾਂ ਦੀ ਸਰਕਾਰ ਦਾ ਡਾਟਾ, ਸਵੱਛਤਾ ਅਭਿਆਨ ਵਿੱਚ 300 ਤੋਂ ਪਰਾਂ ਨੰਬਰ ਹੈ ਦਰਬਾਰ ਸਾਹਿਬ ਦਾ, ਇਹਨਾਂ ਦੀ ਲੋਕਲ MLA ਜਿਹੜੀ ਇਹਨਾਂ ਦੀ ਮਿਨਿਸਟਰ ਆ, ਜਿਹੜੀ ਕਿ ਇਹਨਾਂ ਦੀ ਭਾਈਵਾਲ ਪਾਰਟੀ ਦੀ ਹੈ ਡਾਕਟਰ ਨਵਜੋਤ ਕੌਰ ਸਿੱਧੂ, ਉਹ ਚੀਕਾਂ ਮਾਰ ਰਹੀ ਆ ਕਿ ਮੇਰੇ ਇੱਥੇ ਕੋਈ ਪੈਸਾ ਨਹੀਂ ਲੱਗਿਆ, ਇੱਥੇ ਗੰਦਗੀ ਹੈ, ਇੱਥੇ ਬਦਬੂ ਆਉਂਦੀ ਹੈ, ਇਹਨਾਂ ਦੀ MLA ਇਹਨਾਂ ਦੀ ਮਿਨਿਸਟਰ ਕਹਿ ਰਹੀ ਹੈ ਇਹਨਾਂ ਦੀ, ਮੈਂ ਥੋੜ੍ਹੀ ਕਹਿ ਰਿਹਾ ਕਈ ਵਾਰਾਂ ਗਏ ਹੋ ਅੰਮ੍ਰਿਤਸਰ ਦਾ, ਤੁਸੀਂ ਜਿਹੜੀਆਂ ਹੁਣ ਕਈ ਵਾਰਾਂ ਕਈ ਕਾਰਟੂਨ ਬਣਾ ਬਣਾ ਭੇਜਦੇ ਆ ਇਹਨਾਂ ਨੂੰ, ਆਪਾਂ ਤੁਸੀਂ ਇਹਨਾਂ ਨੂੰ ਬਿਹਾਰ ਲੈ ਜਾਓ, ਇਹਨਾਂ ਨੂੰ UP ਲੈ ਜਾਓ, ਮੇਰਾ ਉੱਥੇ ਫਾਰਮ ਆ, ਮੈਂ ਵੇਖਦਾ ਵੀ ਜਦੋਂ ਆਹ ਗੱਲਾਂ ਕਈ ਵਾਰ ਮੁੱਦਿਆਂ 'ਤੇ ਚੁੱਕਦੇ ਆ ਨਾ, ਮੈਂ ਕਈ ਵਾਰ ਕਹਿੰਦਾ ਨਾ ਬਾਦਲ ਸਾਹਿਬ ਨੂੰ, ਅਸੀਂ ਜਿਸ ਤਰ੍ਹਾਂ ਸਾਡੀ ਜ਼ਿਲ੍ਹਾ ਵਾਈਜ਼ ਮੀਟਿੰਗ ਹੁੰਦੀ ਆ, ਵੀ ਬਾਦਲ ਸਾਹਿਬ ਆਪਾਂ ਇਹਨਾਂ ਲੋਕਾਂ ਨੂੰ UP ਬਿਹਾਰ ਦੇ ਨਾ ਆਪਣੇ ਕੋਲੋਂ ਖਰਚਾ ਲਾ ਕੇ ਘੁਮਾ ਕੇ ਲਈਏ, ਜਿਹੜਾ ਇਹਨਾਂ ਨੂੰ ਪਤਾ ਲੱਗ ਜਾਵੇ। ਨਹੀਂ ਨਹੀਂ, ਆਪਾਂ ਮਾੜੇ ਦੀ ਰੀਸ ਕਿਉਂ ਕਰੀਏ, ਆਪਾਂ ਚੰਗੇ ਦੀ ਰੀਸ ਕਰੀਏ, ਆਪਾਂ ਤਾਂ ਕੈਲੀਫੋਰਨੀਆ ਬਣਾਉਣ ਦੀ ਗੱਲ ਕਰਦੇ ਹਾਂ ਨਾ, ਆਪਾਂ ਕਾਨਪੁਰ ਦੀ ਗੱਲ ਕਿਉਂ ਕਰੀਏ? ਇਹਨਾਂ ਨੂੰ ਕਹੋ ਵੀ ਸਾਨੂੰ ਤੁਸੀਂ ਬਿਹਾਰ UP ਨਾਲ ਜਾਓ, ਇਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਸੈਂਟਰ ਦੀ ਮਿਨਿਸਟਰ ਹਰਸਿਮਰਤ ਕੌਰ ਬਾਦਲ ਪਾਕਿਸਤਾਨ ਗਈ ਸੀ, ਉਹਨੇ ਉੱਥੇ ਜਾ ਕੇ ਪੁੱਛਿਆ ਵੀ ਬਾਦਲ ਸਾਹਿਬ ਨੂੰ ਡੈਡੀ ਹੈ, ਲਾਹੌਰ 'ਚ ਇੰਨੀ ਸਫਾਈ ਕਿੱਥੋਂ ਹੈ? ਲਾਹੌਰ ਦੇ ਵਿੱਚ ਜਿਹੜੇ ਸ਼ਹਿਰ ਹੈ ਉਹ ਸਾਡੇ ਨਾਲੋਂ ਜ਼ਿਆਦਾ ਜੂਣ ਚੁੱਕੇ ਆ। ਤੁਸੀਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਅਸੀਂ ਵਾਈਫਾਈ ਕਰ ਦਿਆਂਗੇ, ਨੈੱਟ ਫ੍ਰੀ ਹੋਊਗਾ, ਤੁਸੀਂ ਦਿੱਲੀ ਜਾ ਕੇ ਦੇਖੋ ਨੈੱਟ ਦੂਸਰਾ ਚੱਲਣੋਂ ਹਟ ਗਿਆ ਉੱਥੇ। ਕੀ ਗੱਲ ਡਾਕਟਰ ਸਾਹਿਬ, ਇਹ ਸਹੀ ਕਹਿ ਰਹੇ ਨੇ? ਤੁਸੀਂ ਨੈੱਟ ਦੂਸਰਾ ਨਹੀਂ ਚੱਲਦਾ, ਇਹ ਵਾਈਫਾਈ ਇਹਨਾਂ ਨੇ ਫ੍ਰੀ ਕਰਨਾ ਸੀ, ਆਪਦਾ ਤੁਸੀਂ ਆਪਣੇ ਪੇ ਕਰਕੇ ਉਹ ਨਹੀਂ ਚੱਲ ਰਿਹਾ। ਮੈਂ ਦੱਸਦਾ ਜੀ ਚਲੋ ਆਪਣਾ ਕੇਜਰੀਵਾਲ ਸਾਹਿਬ ਦਾ ਬਿਆਨ ਸੀ ਪਿੱਛੇ ਜੇ ਵੀ ਹਰ ਇੱਕ ਕੰਮ ਇੱਕੋ ਵਾਰੀ ਨਹੀਂ ਹੋ ਸਕਦਾ, ਕੁਛ 49% ਐਰਕੀ ਕੰਮ ਹੋਣ,
ਜਵਾਬ ਦੇਣਾ ਬਣਦਾ ਤੁਹਾਡੀ ਪਾਰਟੀ ਦੇ ਹੈਡ ਉੱਥੇ ਬੈਠੇ ਨੇ ਜੀ ਜੀ ਡਾਕਟਰ ਸਾਹਿਬ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਹੈ ਜਿਹੜਾ ਉੱਥੇ ਦਿੱਲੀ ਦੇ ਵਿੱਚ ਵੀ ਹਰਿਆਣੇ 'ਚ ਵੀ ਹਿਮਾਚਲ 'ਚ ਵੀ ਪੰਜਾਬ ਨਾਲੋਂ ਬਿਜਲੀ ਦੇ ਰੇਟ ਘੱਟ ਹੈ ਪਾਣੀ ਉੱਥੇ ਫ੍ਰੀ ਹੈ ਵਾਈਫਾਈ ਉਹਨਾਂ ਨੇ ਸ਼ੁਰੂ ਕੀਤਾ ਹੁਣ ਜਿਹੜੇ ਸਰਵਿਸ ਪ੍ਰੋਵਾਈਡਰ ਹੈ ਉਹ ਇਹਨਾਂ ਦੇ ਆ ਮਤਲਬ ਉਹਨਾਂ ਦੀ ਜਿਹਨਾਂ ਨੇ ਸਰਵਿਸ ਦੇਣੀ ਹੈ ਉਹਨਾਂ ਕੋਲ ਉਹ ਜਿਹੜਾ ਇਹਨਾਂ ਨੇ ਦੇਣਾ ਜਿਹੜਾ ਉਹ ਸਪੈਕਟਰਮ ਇਹਨਾਂ ਨੇ ਅਲੋਟ ਕਰਨਾ ਜੀ ਮਤਲਬ ਉਹਨਾਂ ਜੀ ਠੀਕ ਹੈ ਜੀ ਜੇ ਅਸੀਂ ਉੱਥੇ ਬੱਸਾਂ ਪਾਈਆਂ ਤਾਂ ਉਹ ਤਾਂ ਸਾਨੂੰ ਬੱਸ ਖੜੀ ਕਰਨ ਲਈ ਜਗ੍ਹਾ ਨਹੀਂ ਦੇ ਰਹੇ ਮਤਲਬ ਨਾ ਸਪੈਕਟਰਮ ਇਹਨਾਂ ਕੋਲ ਹੈ ਜੀ ਮਤਲਬ ਜੇ ਸਪੈਕਟਰਮ ਨਹੀਂ ਦਿੰਦੇ ਕਾਲ ਡਰੋਪ ਹੁੰਦੀ ਹੈ ਜੇ ਕਾਲ ਡਰੋਪ ਹੁੰਦੀ ਹੈ ਟਵਾਣਾ ਸਾਹਿਬ ਜਦੋਂ ਇਹਨਾਂ ਨੇ ਇਲੈਕਸ਼ਨ ਲੜਨੀ ਸੀ ਇਹ ਤੇ ਚੀਜ਼ਾਂ ਦਾ ਇਹਨਾਂ ਨੂੰ ਪਹਿਲਾਂ ਵੀ ਪਤਾ ਸੀ ਵੀ ਅਸੀਂ ਜਿਹੜਾ ਝੂਠ ਸੱਚ ਮਾਰਨਾ ਇਹਨਾਂ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਉਹ ਨਹੀਂ ਨਹੀਂ ਜਦੋਂ ਆਪਾਂ ਕਿਸੇ ਤੇ ਐਲੀਗੇਸ਼ਨ ਲਾਉਣੇ ਆ ਐਲੀਗੇਸ਼ਨ ਲਾਉਣ ਤੋਂ ਪਹਿਲਾਂ ਆਪਾਂ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਇਹ ਜਿਹੜੀ ਚੀਜ਼ ਆ ਉਦੋਂ ਆਪਾਂ ਜਦੋਂ ਅਗਲਾ ਇਹਨਾਂ ਨੂੰ ਸਵਾਲ ਕਰਦਾ ਸੀ ਉਦੋਂ ਇੰਟਰਵਿਊ ਹੁੰਦੀ ਸੀ ਵੀ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰੋਗੇ ਉਦੋਂ ਜੋ ਇਹਨਾਂ ਨੇ ਜਿਹੜੇ ਝੂਠ ਸੱਚ ਬੋਲ ਕੇ ਕਿਹਾ ਵੀ ਇਹਨੂੰ ਅਸੀਂ ਇਸ ਤਰ੍ਹਾਂ ਹੈਂਡਲ ਕਰਾਂਗੇ ਹੁਣ ਉਹਦੇ ਨਾਲ ਕਰਨ ਨਾਰਾਜ਼ਗੀ ਅਕਾਲੀਆਂ ਤੋਂ ਆ ਉਸ ਨੂੰ ਕੈਸ਼ ਕਰਨ ਦੇ ਲਈ ਤੁਹਾਡੀ ਪਾਰਟੀ ਕੀ ਕਰ ਰਹੀ ਹੈ ਜੀ ਜਿਹੜਾ ਸਾਡੇ ਐਨਆਰਆਈ ਦੇ ਵਿੱਚ ਸਾਡਾ ਸੁਪਰ ਹੀਰੋ ਜੀ ਭਗਵੰਤ ਮਾਨ ਵੀ ਨਾਲ ਜਾਊਗਾ ਜੀ ਛੋਟੇਪੁਰ ਜੀ ਦੇ ਵਿੱਚ ਆਉਣ ਦੀ ਪੋਸੀਬਿਲਟੀ ਹੈ ਸਾਡੀ ਪਾਰਟੀ ਤੁਸੀਂ ਬਣਾ ਰਹੇ ਹੋ ਐਨਆਰਆਈ ਐਨਆਰਆਈ ਦਾ ਬਿਲਕੁਲ ਅਸੀਂ ਐਨਆਰਆਈ ਦਾ ਇੱਕ ਸਾਡਾ ਜਿਹੜਾ ਇੱਕ ਫਰੰਟਲ ਵਿੰਗ ਹੈ ਸਾਡਾ ਅਸੀਂ ਐਨਆਰਆਈ ਉਹਦੇ ਸਾਡੇ ਬਹੁਤ ਮੈਂਬਰ ਵੀ ਬਣ ਰਹੇ ਆ ਸਾਡੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਅਸੀਂ ਉਹਨਾਂ ਨੂੰ ਬਾਕੀ ਜਿਵੇਂ ਸਿਟੀਜ਼ਨਸ ਹਨ ਸਭ ਨੂੰ ਅਸੀਂ ਇਨਸਾਫ ਦੇਵਾਂਗੇ ਸਭ ਨੂੰ ਅਸੀਂ ਕਰਪਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਦੇਵਾਂਗੇ ਨਸ਼ਿਆਂ ਦੀ ਗੱਲ ਕਰਦੇ ਭਗਵੰਤ ਮਾਨ ਜੀ ਨੇ ਵੇਖੋ ਕਦੀ ਪੈਗ ਨਹੀਂ ਲਾਇਆ ਸੋਫੀ ਰਹਿੰਦੇ 24 ਘੰਟੇ ਹਨਾ ਜਦੋਂ ਆਪਾਂ ਨਸ਼ਿਆਂ ਦੀ ਆਪ ਖੁਦ ਗੱਲ ਕਰਦੇ ਹਾਂ ਆਪਾਂ ਨਸ਼ੇ ਫੁੱਲ ਰਹੇ ਨੇ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਵੀ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਬਚਾ ਦਾਂਗੇ ਹੁਣ ਜਗਿੰਦਰ ਯਾਦਵ ਆ ਜਗਿੰਦਰ ਯਾਦਵ ਜੀ ਆ ਹੁਣ ਮੈਨੂੰ ਐਨਆਰਆਈ ਵੀਰਾਂ ਤੋਂ ਇੱਕ ਸਵਾਲ ਮੈਂ ਵੀ ਕਰਨਾ ਚਾਹੁੰਦਾ ਮੇਰਾ ਪਰਿਵਾਰ ਆ ਮੈਂ ਗੁੱਸਾ ਨਾ ਕਰਿਓ ਵੀ ਇੱਕ ਜਗਿੰਦਰ ਯਾਦਵ ਜੀ ਵੀ ਹੁਣ ਇੱਥੇ ਨਵੀਂ ਪਾਰਟੀ ਲੈ ਕੇ ਆਏ ਆ ਹੁਣ ਤੁਸੀਂ ਕੇਜਰੀਵਾਲ ਸਾਹਿਬ ਦੀ ਮਦਦ ਕਰਨਗੇ ਕਿ ਜਗਿੰਦਰ ਯਾਦਵ ਦੀ ਕਰਨਗੇ ਇਸ ਕਰਕੇ ਭਰਾਓ ਬੇਨਤੀ ਆ ਵੀ ਜਿਹੜਾ ਆਪਣਾ ਪਰਿਵਾਰ ਆਉਂਦਾ ਉਹ ਆਪਣਾ ਹੀ ਹੁੰਦਾ ਇਹ ਜਿਹੜੇ ਪਰਿਵਾਰ ਦੇ ਮਸਲੇ ਉਹ ਬਹਿ ਕੇ ਆਪਾਂ ਹੱਲ ਕਰਵਾ ਸਕਦੇ ਹਾਂ ਨਾ ਕਿ ਆਪਾਂ ਨੂੰ ਜੋ ਕੋਈ ਚੁੱਕ ਕੇ ਆਪਾਂ ਨੂੰ ਆਪਣਾ ਪਰਿਵਾਰ ਅਲੱਗ ਕਰਦਾ ਉਹਨਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਜੀ 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 ਡਾਕਟਰ ਸਾਹਿਬ ਦੋ ਗੱਲਾਂ ਕੀਤੀਆਂ ਜੀ ਪਹਿਲੀ ਗੱਲ ਤਾਂ ਇਹਨਾਂ ਨੇ ਪੈਗ ਦੀ ਕੀਤੀ ਹੈ ਜੀ ਪੰਜਾਬ ਸਰਕਾਰ ਨੇ ਜਿੰਨੇ ਆਪਣੇ ਮਿਲਕ ਪਲਾਂਟ ਸੀ ਉਹ ਬੰਦ ਕਰਤੇ ਖੰਡ ਦੀਆਂ ਮਿੱਲਾਂ ਬੰਦ ਨਹੀਂ ਪੰਜਾਬ ਨਸ਼ਾ ਤੇ ਪੰਜਾਬ ਦੇ ਮੰਨੇ ਨਹੀਂ ਜਾਂਦਾ ਕਿ ਸ਼ਰਾਬ ਨਸ਼ਾ ਨਹੀਂ ਹੈ ਪੰਜਾਬ ਦੇ ਚਾਰਟਰ ਦੇ ਵਿੱਚ ਥਿਊਰੀ ਆ ਸਾਡੀ ਥਿਊਰੀ ਥੋੜੀ ਅੱਜ ਤਾਂ ਬਿਨਾਂ ਸ਼ਰਾਬ ਦੇ ਇਲੈਕਸ਼ਨ ਜਿੱਤਿਆ ਜਿਹੜੀ ਜਿੱਤਿਆ ਪੰਜਾਬ ਸਰਕਾਰ ਨੇ 23 ਸ਼ਰਾਬ ਦੀਆਂ ਫੈਕਟਰੀਆਂ ਲਾਤੀਆਂ ਲੋਕਾਂ ਦਾ ਜੀਣਾ ਦੁੱਬਰ ਹੋਇਆ ਹੋਇਆ ਆਖਰ ਦੇ ਵਿੱਚ ਡਾਕਟਰ ਸਾਹਿਬ ਆਪਣੇ ਕੋਲ 30 ਸੈਕਿੰਡ ਨੇ ਕੀ ਤੁਸੀਂ ਐਨਆਰਆਈ ਨਾਲ ਸੰਬੰਧਿਤ ਕੀ ਜਿਹੜੇ ਵਿਊਜ਼ ਇਸ ਪ੍ਰੋਗਰਾਮ ਦੇ ਰਾਹੀਂ ਪ੍ਰਗਟ ਦੇਖੋ ਅਸੀਂ ਉਹਨਾਂ ਨੂੰ ਵੋਟਿੰਗ ਰਾਈਟ ਉਹਨਾਂ ਨੂੰ ਮਿਲਣੇ ਚਾਹੀਦੇ ਆ ਔਰ ਆਨਲਾਈਨ ਮਿਲਣੇ ਚਾਹੀਦੇ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਅਸੀਂ ਉਹਦੇ ਬਿਲਕੁਲ ਹਾਮੀ ਹਾਂ ਔਰ ਐਨਆਰਆਈਜ਼ ਨੂੰ ਜਿਹੜੇ ਕੰਮ ਵੀ ਹੈਗੇ ਆ ਉਹਨਾਂ ਦੇ ਆਨਲਾਈਨ ਜਿਹੜੀਆਂ ਜ਼ਿਆਦਾ ਜਿਹੜੀਆਂ ਪ੍ਰੋਬਲਮ ਆ ਸੋਲਵ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਇੱਥੇ ਆ ਕੇ ਧੱਕੇ ਖਾਣ ਦੀ ਲੋੜ ਨਹੀਂ ਹੋਣੀ ਚਾਹੀਦੀ ਥਾਣਿਆਂ ਦੇ ਵਿੱਚ ਫਲਾਨਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਕੰਮ ਆ ਹੋਣੇ ਚਾਹੀਦੇ ਆ ਔਰ ਜੇ ਕੋਈ ਐਨਆਰਆਈ ਭਰਾ ਇੱਥੇ ਆ ਕੇ ਸੇਵਾ ਕਰਨਾ ਚਾਹੁੰਦਾ ਸਾਨੂੰ ਉਹਨੂੰ ਸਿਰ ਮੱਥੇ ਚੁੱਕਣਾ ਚਾਹੀਦਾ ਉਹਨੂੰ ਜੇ ਪਿੰਡਾਂ ਦੇ ਵਿੱਚ ਆਪਣੇ ਵਿਕਾਸ ਦੇ ਵਾਂਟ ਟੂ ਰੀਪੇ ਅਤੇ ਸਾਨੂੰ ਉਹਨਾਂ ਨੂੰ ਜੇ ਕੋਈ ਇੱਥੇ ਇੰਡਸਟਰੀ ਲਾਉਣਾ ਚਾਹੁੰਦਾ ਇਹਦੇ ਵਿੱਚ ਪੰਜਾਬ ਦੀ ਖੁਸ਼ਹਾਲੀ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਜੁੜਵਾਂ ਸਵਾਲ ਹੈ ਦਿੱਲੀ ਦੇ ਵਿੱਚ ਇਨਵੈਸਟਮੈਂਟ ਲਈ ਕਿਉਂਕਿ ਦਿੱਲੀ 'ਚ ਬਹੁਤ ਕਾਰੋਬਾਰ ਕਰਨ ਨੂੰ ਲੋਕ ਤਿਆਰ ਨੇ ਹੋਟਲ ਇੰਡਸਟਰੀ ਹੈ ਟੂਰਿਜ਼ਮ ਇੰਡਸਟਰੀ ਹੈ ਮੈਡੀਕਲ ਟੂਰਿਜ਼ਮ ਬਹੁਤ ਹੈ ਤੁਸੀਂ ਇਸ ਲਾਈਨ ਨਾਲ ਜੁੜਿਓ ਦਿੱਲੀ ਦੇ ਵਿੱਚ ਆਮ ਆਦਮੀ ਸਰਕਾਰ ਬਣੀ ਹੈ ਕਿ ਦਿੱਲੀ ਦੇ ਵਿੱਚ ਐਨਆਰਆਈ ਲਈ ਕੋਈ ਇਸ ਤਰ੍ਹਾਂ ਦਾ ਪ੍ਰਪੋਜ਼ਲ ਬਣਾਈ ਗਵਰਨਮੈਂਟ ਨੇ ਤੁਹਾਡੀ ਨੇ ਬਿਲਕੁਲ ਜੀ ਬਿਲਕੁਲ ਜਿਹੜੇ ਉੱਥੇ ਉਹਨਾਂ ਨੂੰ ਮਤਲਬ ਦੇਖੋ ਜਿਹੜੀ ਤਾਂ ਕੋਈ ਵੋਟਿੰਗ ਦਾ ਜਾਂ ਦੂਜਾ ਇਹ ਸੈਂਟਰ ਗਵਰਨਮੈਂਟ ਦੇ ਇਖਤਿਆਰ 'ਚ ਹੈਗਾ ਬਾਕੀ ਹਾਂ ਜੇ ਉੱਥੇ ਕੋਈ ਇਨਵੈਸਟਮੈਂਟ ਕਰਨਾ ਚਾਹੁੰਦਾ ਸਾਰਿਆਂ ਵਾਸਤੇ ਕਰਪਸ਼ਨ ਫ੍ਰੀ ਐਟਮੋਸਫੀਅਰ ਹੈ ਉੱਥੇ ਇਨਕਲੂਡਿੰਗ ਐਨਆਰਆਈ ਕਿਸੇ ਨੂੰ ਕੋਈ ਸਪੈਸ਼ਲੀ ਰਿਜ਼ਰਵੇਸ਼ਨ ਨਹੀਂ ਜਿਸ ਤਰ੍ਹਾਂ ਪੁੱਡਾ ਦੇ ਵਿੱਚ ਅਕਾਲੀਆਂ ਨੇ ਐਨਆਰਆਈ ਲਈ ਰੱਖੀ ਹੈ ਅਸੀਂ ਜਿਹੜੇ ਸਾਰੇ ਬੈਰੀਅਰ ਤੋੜਨਾ ਚਾਹੁੰਦੇ ਹਾਂ ਜੀ ਮਤਲਬ ਸਾਰਿਆਂ ਲਈ ਬਰਾਬਰ ਹੈ ਐਨਆਰਆਈ ਲਈ ਵਿਸ਼ੇਸ਼ ਕੁਛ ਨਹੀਂ ਹੈ ਤੁਹਾਡਾ ਲੋੜ ਹੀ ਨਹੀਂ ਪਏਗੀ ਵਿਸ਼ੇਸ਼ ਦੀ ਮਤਲਬ ਪਟਿਆਲੇ 'ਚ ਆਮ ਆਦਮੀ ਪਾਰਟੀ ਦੇ ਕਿੰਨੇ ਗਰੁੱਪ ਆ ਪੰਜਾਬ 'ਚ ਪੰਜਾਬ 'ਚ ਕਿੰਨੇ ਆ ਆਪਾਂ ਅਜੇ ਥੋੜਾ ਜਿਹਾ ਇਹਨਾਂ ਨੂੰ ਇਸ ਚੀਜ਼ ਦਾ ਫਰਕ ਆ ਵੀ ਕਿਸੇ ਨਾ ਕਿਸੇ ਦੇਊਂਗਾ ਜੀ ਅਕਾਲੀ ਦਲ ਤੋਂ ਅੱਧੇ ਤੋਂ ਘੱਟ ਨਹੀਂ ਆਪਾਂ ਮੁੱਦੇ ਤੇ ਆਈਏ ਢਿੱਲੋਂ ਸਾਹਿਬ ਆਖਰ ਦੇ ਵਿੱਚ ਐਨਆਰਆਈ ਲਈ ਕੀ ਸੁਨੇਹਾ ਤੁਹਾਡਾ ਵੱਲ ਐਨਆਰਆਈ ਵੀਰਾਂ ਨੂੰ ਮੈਂ ਤੇ ਇੱਕ ਬੇਨਤੀ ਕਰਨਾ ਚਾਹੁੰਦਾ ਮੇਰੇ ਵੀਰੋ ਆਪਣਾ ਜਿਹੜਾ ਪਰਿਵਾਰ ਦਾ ਕੋਈ ਜੀ ਆ ਜੇ ਉਹਨੂੰ ਕਿਸੇ ਨਾ ਕਿਸੇ ਗੱਲ ਤੋਂ ਅਣਬੋਸ਼ੀ ਹੋਈ ਆ ਆਪਾਂ ਦੁਬਾਰਾ ਬਹਿ ਕੇ ਸੁਲਝਾਂਗੇ ਤੁਸੀਂ ਉੱਥੇ ਵੀ ਸਾਡੇ ਅਕਾਲੀ ਦਲ ਦੇ ਨੁਮਾਇੰਦੇ ਆਉਣਗੇ ਉਹਨਾਂ ਨਾਲ ਵੀ ਤੁਸੀਂ ਬਹਿ ਕੇ ਗੱਲ ਕਰੋ ਇੱਥੇ ਸੰਮੇਲਨ ਆਉਂਦਾ ਉਦੋਂ ਆਇਆ ਕਰੋ ਉਦੋਂ ਤੁਸੀਂ ਕਿਸੇ ਨਾ ਕਿਸੇ ਗੱਲ ਤੋਂ ਖੁੰਝ ਜਾਂਦੇ ਹੋ ਆਪਣੇ ਜਿਹੜੇ ਮੁੱਦੇ ਉਹ ਲੈ ਕੇ ਆਇਆ ਕਰੋ ਹਮੇਸ਼ਾ ਹੀ ਮੁੱਦੇ ਸੋਲਵ ਹੁੰਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਜਿਹੜੇ ਮੁੱਦੇ ਨਾ ਸੋਲਵ ਹੋਣ ਆਪਾਂ ਕਿਸੇ ਦੀਆਂ ਗੱਲਾਂ ਚਾਣ ਕੇ ਆਪਣੇ ਘਰ ਨੂੰ ਨਹੀਂ ਪਾੜਨਾ
ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਬਹਿ ਕੇ ਤੁਸੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨਾਲ ਤੁਸੀਂ ਨਹੀਂ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਨਾ ਬਹਿਣ ਦਾ ਇਹ ਵੀ ਪ੍ਰੋਬਲਮ ਸਮਾਂ ਜੀ ਹਰ ਇੱਕ ਬੰਦੇ ਨੂੰ ਉਹ ਤੇ ਡਾਕਟਰ ਨਵਜੋਤ ਨੂੰ ਬੜਾ ਮੁਸ਼ਕਲ ਸਮਾਂ ਮਿਲਦਾ ਲਾਈਨ 'ਚ ਖੜ ਕੇ ਮੈਂ ਵਹਿਮ ਆ ਡਾਕਟਰ ਨਵਜੋਤ ਨੂੰ ਇਕੱਲੀ ਨੂੰ ਨਹੀਂ ਸਮਾਂ ਮਿਲਦਾ ਬਾਕੀ ਸਾਰੇ ਪੰਜਾਬ 'ਚੋਂ ਮਿਲਦਾ ਜਿੰਨਾ ਬਾਦਲ ਸਾਹਿਬ ਦਾ ਪਰਿਵਾਰ ਮਿਲਦਾ ਉਹਨਾਂ ਕੋਈ ਵੀ ਲੀਡਰ ਨਹੀਂ ਮਿਲਦਾ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਸੋ ਦੋਸਤੋ ਇਹ ਸੀ ਐਨ ਆਰ ਆਈ ਦੇ ਸਾਰੋਕਾਰ ਪੰਜਾਬ ਦੇ ਨਾਲ ਸੋ ਮੇਰੇ ਨਾਲ ਜਿਹੜੇ ਸਾਡੇ ਮਹਿਮਾਨ ਸਨ ਸਾ ਹਰਮੀਤ ਸਿੰਘ ਢਿੱਲੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਡਾਕਟਰ ਬਲਵੀਰ ਸਿੰਘ ਸੋਸ਼ਲ ਵਰਕ ਦੇ ਖੇਤਰ ਦੇ ਵਿੱਚ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਖਾਸ ਕਰਕੇ ਆਈ ਸਰਜਨ ਨੇ ਅੱਖਾਂ ਦੇ ਸਪੈਸ਼ਲਿਸਟ ਮਾਰ ਨੇ ਡਾਕਟਰ ਬਲਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ